ਸ਼ਮਾਦਾਨ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਰੇਡੀਓ ਪੰਜਾਬ ਟੂਡੇ ਦੇ ਚਰਚਿਤ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਕੁਝ ਵਪਾਰਕ ਸੁਨੇਹੇ ਸੀਨੀਅਰ ਟੋਨੀ ਐਮੀਗਲ ਹੋਣਾਂ ਦੀ ਅਮਰੀਕਾ ਦੀ 1987 ਤੋਂ ਲਾਫਰਮ ਗੈਲਨਗਲ ਅਸਾਈਲਮ ਕੇਸਾਂ ਦੀ ਪੈਰਵੀ ਕਰਦੀ ਆ ਰਹੀ ਹੈ ਇਹਨਾਂ ਦੀ ਯਤਨਾ ਸਦਕਾ ਹਜ਼ਾਰਾਂ ਸਿੱਖ ਅਸਾਈਲਮ ਕੇਸਾਂ ਦੇ ਨਾਲ ਅਮਰੀਕੀ ਨਾਗਰਿਕ ਬਣ ਚੁੱਕੇ ਨੇ ਪੰਜਾਬੀ ਹਿੰਦੀ ਤੇ ਉਰਦੂ ਚ ਤੁਸੀਂ ਗੈਲਨ ਗੈਲ ਲਾਫਰਮ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਦੇ ਨਾਲ ਜਿਨ੍ਹਾਂ ਨੂੰ 25 ਸਾਲ ਦਾ ਤਜਰਬਾ ਉਹਨਾਂ ਦਾ ਫੋਨ ਨੰਬਰ ਹੈ ਜੀ 718 612 1188 7186121118 ਤੇ ਗੈਲਨ ਗੈਲ ਲਾਫਰਮ ਦਾ ਨਿਊਯਾਰਕ ਆਫਿਸ ਦਾ ਨੰਬਰ ਹੈ ਜੀ 212 619 2859 2126192859 ਤੁਸੀਂ ਵਧੀਆ ਨਵਾਂ ਕਰਜਾ ਬਿਜ਼ਨਸ ਬਣਾਉਣਾ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 206 941 5454 ਤੇ 206 941 5454 ਬੁੱਕ ਕੀਪਿੰਗ ਪਰਸਨਲ ਟੈਕਸਸ ਪੇਰੋਲ ਐਂਡ ਪੇਰੋਲ ਟੈਕਸਸ ਸਟੇਟ ਟੈਕਸਸ ਬਿਜ਼ਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸਲੀਬ ਅਕਸ਼ਧਾਰਾ ਐਕਿਊਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਮਹਿੰਦਰ ਸੋਹਲ ਅਤੇ ਲੋਕਪਾਲ ਸੋਹਲ ਨਾਲ 253 520 8886 ਦੇ ਸੰਪਰਕ ਕਰ ਸਕਦੇ ਹੋ 253 520886 ਇਹਨਾਂ ਦਾ ਪਤਾ ਜੀ 249115 24915 104 ਐਵੇਨਿਊ 104 ਐਵੇਨਿਊ ਸਾਊਥ-ਈਸਟ ਕੈਂਟ ਵਾਸ਼ਿੰਗਟਨ ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ ਟੀਐਮ ਡੇਰਾ ਦਾ ਰੀਫਰੈਸ਼ ਟ੍ਰੈਵਲ ਪਲਾਜ਼ਾ ਤੇ ਫਿਊਲ ਕਾਰਡ ਨਾ ਹੋਣ ਤੇ ਵੀ ਟਰੱਕਰਜ਼ ਲਈ ਵੱਡੀ ਰਿਬੇਟ ਇਸ ਤੋਂ ਇਲਾਵਾ ਦੇਸੀ ਘੇਓ ਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ ਤੇ ਖਾ ਸਕਦੇ ਹੋ ਇੱਥੇ ਪੀਜ਼ਾ ਹਟ KFC ਫੈਟ 버ਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲੈ ਜਾ ਕੇ ਵੀ ਆਨੰਦ ਮਾਣ ਸਕਦੇ ਹੋ ਜੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਜਾਂ ਸਚਿਨ ਮਲਿਕ ਹੋਰਾਂ ਨੂੰ 568 903 4627 ਤੇ 5599034627 ਲੋਕੇਸ਼ਨ ਆ ਜੀ ਹਾਈਵੇ 99 ਐਗਜ਼ਿਟ 144 ਐਵੇਨਿਊ 7 시애틀 ਚ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਆਨਰ ਆਪਰੇਟਰ ਦੇ ਡਰਾਈਵਰ ਦੀ ਲੋੜ ਹੈ ਚੰਗਾ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਹੋਰਾਂ ਦੇ ਨਾਲ 253 268 6924 ਤੇ 253 2666924 ਜਾਂ ਫਿਰ ਗੁਰਵਿੰਦਰ ਢਾਲੀਵਾਲ ਹੁਣਾਂ ਦੇ ਨਾਲ 206 354 4060 2063544060 ਪ੍ਰੋਗਰਾਮ ਸ਼ਾਮਾਂਦਾਨ ਰਾਤ ਨੂੰ 10:30 ਵਜੇ ਇੰਡੀਅਨ ਟਾਈਮ ਰਿਪੀਟ ਹੋਏਗਾ ਜੀ ਸਵੇਰੇ ਇੰਡੀਅਨ ਟਾਈਮ 5:30 ਵਜੇ ਵੀ ਰਿਪੀਟ ਹੋਏਗਾ 9815910604 ਤੇ ਕਾਲ ਕਰਕੇ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਹੋ 9116410668 ਵਟਸਐਪ ਕਾਲ ਆ ਜੀ ਸਾਡੇ ਨਾਲ ਜੁੜ ਸਕਦੇ ਹੋ ਪ੍ਰੋਗਰਾਮ ਸ਼ਮਾਦਾਨ ਚੱਲ ਰਿਹਾ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋ ਢਿੱਲੋ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਲਵੀ ਜੀ ਢਿੱਲੋ ਸਾਹਿਬ ਕਹਿੰਦੇ ਕੁਮਰ ਵਿਜੇ ਪ੍ਰਤਾਪ ਫੇਰ ਆਪਣੇ ਅਸਲੀ ਰੰਗ ਚ ਆ ਗਿਆ ਜੀ ਕਿਹੜੇ ਰੰਗ ਤਮਾਸ਼ੇ ਦਿਖਾ ਰਹੇ ਨੇ ਬਿਲਕੁਲ ਕੁਮਰ ਵਿਜੇ ਪ੍ਰਤਾਪ ਸਿੰਘ ਬੜਾ ਇਸ ਵੇਲੇ ਮੇਰਾ ਖਿਆਲ ਹੈ ਵੀ ਦੇਖੇ ਤਾਂ ਆਪਾਂ ਬਹੁਤ ਦੁਖੀ ਵਿਅਕਤੀ ਹੈ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਉਹਨਾਂ ਦੇ ਪਿਛੋਕੜ ਵੱਲ ਨੂੰ ਨਿਗਾਹ ਮਾਰੀਏ ਤਾਂ ਉਹ ਬਿਹਾਰ ਦੇ ਜੰਪਲ ਹੈ ਪੜੇ ਲਿਖੇ ਜੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਕੰਪੀਟੀਸ਼ਨ ਲੜਿਆ ਜੀ ਆਪੀਐਸ ਇੰਡੀਅਨ ਪੁਲਿਸ ਸਰਵਿਸ ਨੂੰ ਕਾਡਰ ਮਿਲਿਆ ਜੀ ਔਰ ਉਸ ਤੋਂ ਬਾਅਦ ਟ੍ਰੇਨਿੰਗ ਕਰ ਜਿਹੜਾ ਆਪੀਐਸ ਦਾ ਰਤਬਾ ਮਿਲੇ ਤੇ ਕਾਡਰ ਮਿਲ ਗਿਆ ਉਹਨਾਂ ਨੂੰ ਪੰਜਾਬ ਜੀ ਪੰਜਾਬ ਦੇ ਵਿੱਚ ਆਏ ਤੇ ਪੰਜਾਬ ਦੇ ਵਿੱਚ ਆ ਕੇ ਜਿਹੜੀ ਜ਼ਿਆਦਾ ਸਰਵਿਸ ਉਹਨਾਂ ਦੀ ਬਤੌਰ ਐਸਐਸਪੀ ਬਤੌਰ ਏਐਸਪੀ ਓਸ਼ਰੀ ਅਮਰਸਰ ਸਾਹਿਬ ਦੀ ਜੀ ਉਹਨਾਂ ਦਿਨਾਂ ਦੇ ਵਿੱਚ ਬੜੇ ਜਿਹੜੇ ਹੈਗੇ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਮਹੱਤਵਪੂਰਨ ਕੇਸ ਜਿਹੜੇ ਆ ਉਹਨਾਂ ਨੇ ਹੱਲ ਕੀਤੇ ਜੀ ਔਰ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਆਪਣੀ ਪੁਲਿਸ ਫੋਰਸ ਨੂੰ ਆ ਆਰਗੇਨਾਈਜ਼ ਕੀਤਾ ਜੀ ਜਿਹੜਾ ਮੜਾ ਇਲੀਮੈਂਟ ਸੀ ਉਹਨੂੰ ਪਾਸੇ ਕੀਤਾ ਤੇ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਇਆ ਜੀ ਨਤੀਜੇ ਹੋਏ ਕਿ ਉਹਨਾਂ ਦੀ ਕਾਰਗੁਜ਼ਾਰੀ ਬੜੀ ਜ਼ਬਰਦਸਤ ਰਹੀ ਤੇ ਜਬਰਦਸਤ ਕਾਰਗੁਜ਼ਾਰੀ ਵਾਲੇ ਬੰਦੇ ਦੀ ਬਹੁਤੀ ਸਿਆਸਤਦਾਨਾਂ ਨਾਲ ਨਹੀਂ ਬਣਦੀ ਹੁੰਦੀ ਜੀ ਹਾਲਾਂਕਿ ਉਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਉਹਨਾਂ ਦੇ ਵਿੱਚ ਵਿਸ਼ਵਾਸ ਸੀ ਉਹ ਸਮਝਦੇ ਸੀ ਕਿ ਬੰਦਾ ਚੰਗਾ ਹੈ ਜੀ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਨਾਲ ਇਹਨਾਂ ਦੀ ਸਾਂਸੀ ਅਕਾਲੀ ਦਲ ਵਾਲਿਆਂ ਦੀ ਤੇ ਉਸ ਵੇਲੇ ਜਿਹੜੇ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਮਿਸਟਰ ਜੋਸ਼ੀ ਅੰਦੇਲੇ ਜੋਸ਼ੀ ਜੀ ਉਹ ਵਜ਼ੀਰ ਵੀ ਹੁੰਦੇ ਸੀ ਐਮਐਲਏ ਵੀ ਹੁੰਦੇ ਸੀ ਤੇ ਉਹਨਾਂ ਨੇ ਧਰਨਾ ਮਾਰਤਾ ਸੀ ਉਹਦੀ ਬਦਲੀ ਕਰਵਾਉਣ ਵਾਸਤੇ ਫਿਰ ਉਹਦੀ ਬਦਲੀ ਹੋਈ ਜੀ ਬਾਅਦ ਦੇ ਵਿੱਚ ਉਹ ਕੂ ਦੇ ਵਿੱਚ ਵੀ ਰਹੇ ਐ ਔਰ ਇੱਥੋਂ ਤੱਕ ਕਿ ਉਹਨਾਂ ਨੂੰ ਕਈ ਜਿਹੜੇ ਹੈਗੇ ਇੰਪੋਰਟੈਂਟ ਮਾਮਲੇ ਉਹਨਾਂ ਦੀ ਤਫਤੀਸ਼ ਵਾਸਤੇ ਉਹਨਾਂ ਦੀ ਜਾਂਚ ਵਾਸਤੇ ਹਾਈ ਕੋਰਟ ਨੇ ਵੀ ਭੇਜੇ ਸੀ ਜੀ ਸੋ ਜਿਹੜਾ ਅਕਸ ਉਹਨਾਂ ਦਾ ਬਹੁਤ ਸ਼ਾਨਦਾਰ ਸੀ ਤੇ ਫਿਰ ਆਪਾਂ ਨੂੰ ਪਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਘਟਨਾ ਕਾਰਨ ਤੋਂ ਬਾਅਦ ਜੋ ਫਿਰ ਉਸ ਸਪੈਸ਼ਲ ਇੱਕ ਐਸਆਈਟੀ ਬਣੀ ਉਸ ਐਸਐਸਟੀ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਇੱਕ ਮਹੱਤਵਪੂਰਨ ਮੈਂਬਰ ਸੀ ਜੀ ਜੇ ਆਪਾਂ ਦੇਖੀਏ ਉਸ ਐਸਐਸਟੀ ਦੇ ਵਿੱਚ ਕੰਮ ਜੇ ਕਿਸੇ ਨੇ ਕੀਤਾ ਤਾਂ ਉਹ ਸਿਰਫ ਤੇ ਸਿਰਫ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ ਹੈ ਜੀ ਔਰ ਕੁਮਰ ਵਿਜੇ ਪ੍ਰਤਾਪ ਸਿੰਘ ਇਹ ਸੱਤ ਤੱਕ ਦਲੇਰ ਸੀ ਕਿ ਉਹਨੇ ਜਿਹੜੀ ਹਾਲਾਂਕਿ ਬਾਦਲ ਸਾਹਿਬ ਦੇ ਮਤਹਿਤ ਰਿਹਾ ਸੀ ਜੀ ਉਹਨਾਂ ਦੇ ਦੌਰ ਦੇ ਵਿੱਚ ਐਸਐਸ ਪੀ ਰਿਹਾ ਸੀ ਅਸੀਂ ਦੇਖਿਆ ਕਿ ਕਰਦਾਰ ਬੰਦੇ ਦਾ ਆਪਣੇ ਦਾ ਇੰਨਾ ਖੁੱਦਾ ਕਿ ਜਿਹਦੇ ਨਾਲ ਨੌਕਰੀ ਕੀਤੀ ਹੋਵੇ ਜਿਹਦੇ ਮਤਹਿਤ ਨੌਕਰੀ ਕੀਤੀ ਹੋਵੇ ਉਹਦੇ ਬੰਦਾ ਛੇਤੀ ਕੀਤੇ ਖਿਲਾਫ ਨਹੀਂ ਜਾਂਦਾ ਜੀ ਲੈਕਿਨ ਕੁੰਬਰਬ ਜੇ ਪ੍ਰਤਾਪ ਸਿੰਘ ਇੱਕ ਸਮਝਦਾਰ ਸੀ ਤੇ ਅੱਜ ਵੀ ਉਹ ਜਿੱਥੇ ਖੜੋਤੇ ਹੈ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਜਿਹੜੀ ਮੇਰੇ ਲਈ ਅਸਹਿਨਯੋਗ ਹੈ ਜੀ ਪ੍ਰਾਈਵੇਟ ਗੱਲਬਾਤ ਦੇ ਵਿੱਚ ਵੀ ਉਹ ਕਹਿੰਦੇ ਹੁੰਦੇ ਆ ਕਿ ਮੈਂ ਉਸ ਪਟਨਾ ਸਾਹਿਬ ਤੋਂ ਆਇਆ ਜਿੱਥੇ ਦਸਵੇਂ ਪਾਤਸ਼ਾਹ ਨੇ ਅਵਤਾਰਤਾ ਰਸ ਜੀ ਉਹਨਾਂ ਦੀ ਮਤਲਬ ਇਹ ਆਪਾਂ ਕੀ ਦੇਖੀਏ ਤਾਂ ਸਿੱਖੀ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਦੇ ਵਿੱਚ ਅਨੰਨ ਭਗਤੀ ਹੈ ਜੀ ਅੱਜ ਵੀ ਜਦੋਂ ਉਹ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਜੀ ਮੇਰਾ ਕੇਸ ਹੁਣ ਗੁਰੂ ਗੋਬਿੰਦ ਸਿੰਘ ਹੋਰਾਂ ਦੀ ਅਦਾਲਤ ਦੇ ਵਿੱਚ ਹੈ ਫੈਸਲਾ ਉਹਨਾਂ ਨੇ ਕਰਨਾ ਹੈ ਜੀ ਜਦੋਂ ਐਸਆਈਟੀ ਨੇ ਜੋ ਕੰਮ ਕੀਤਾ ਆਪਣੇ ਸਾਹਮਣੇ ਉਹਨਾਂ ਨੇ 9-10 ਚਲਾਨ ਜਿਹੜੇ ਪੇਸ਼ ਕਰਤੇ ਉਹ ਚਲਾਨ ਅਦਾਲਤਾਂ ਦੇ ਵਿੱਚ ਸੀ ਤੇ ਜਿਹੜੇ ਪੁਲਿਸ ਅਫਸਰਾਂ ਦੇ ਖਿਲਾਫ ਉਹ ਐਸਆਈਟੀ ਜਾਂਦੀ ਸੀ ਉਹਨਾਂ ਪੁਲਿਸ ਅਫਸਰਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਤੀ ਜੀ ਉਸ ਪਟੀਸ਼ਨ ਦੀ ਠੀਕ ਤਰੀਕੇ ਨਾਲ ਪੰਜਾਬ ਸਰਕਾਰ ਦਾ ਜਿਹੜਾ ਲਾਰਡ ਡਿਪਾਰਟਮੈਂਟ ਸੀ ਜੀ ਉਹ ਪੈਰ ਵੀ ਨਹੀਂ ਕਰ ਸਕੇ ਜੀ ਕਿਉਂਕਿ ਗੁੰਮਰਬਜੀਤ ਪ੍ਰਤਾਪ ਹੁਣਾ ਦਾ ਇਹ ਕਹਿਣਾ ਹੈ ਕਿ ਜੇ ਉਹਨਾਂ ਨੇ ਠੀਕ ਪੈਰਵੀ ਕੀਤੀ ਹੁੰਦੀ ਤੇ ਮੇਰੇ ਜਿਹੜੀ ਹੈਗੀ ਨਾ ਤਾਂ ਸਪੈਸ਼ਲ ਇਨਵੈਸਟੀਗੇਸ਼ਨ ਰੱਦ ਹੋਣੀ ਸੀ ਜੀ ਤੇ ਨਾ ਹੀ ਜਿਹੜੇ ਉਹ ਚਾਰ ਸ਼ੀਟਸ ਉਹਨਾਂ ਨੇ ਦਾਖਲ ਕੀਤੀਆਂ ਸੀ ਉਹਨਾਂ ਨੇ ਰੱਦ ਹੋਣਾ ਸੀ ਕਿਉਂਕਿ ਉਹਨਾਂ ਦੀ ਇੱਕ ਦਲੀਲ ਹੈ ਉਹ ਕਹਿੰਦੇ ਚਾਰ ਸ਼ੀਟ ਜਿਹੜੀਆਂ ਹੈ ਉਹ ਫਰੀਦਕੋਟ ਦੀ ਅਦਾਲਤ ਦੇ ਵਿੱਚ ਪਈਆਂ ਹੋਈਆਂ ਸੀ ਜੀ ਮੈਂ ਜ਼ਹਿਰ ਕੀਤੀਆਂ ਉੱਥੇ ਸੀ ਹਾਈ ਕੋਰਟ ਚ ਰਿੱਟ ਗਈ ਹੈ ਬਾਰ-ਬਾਰ ਕਹਿਣ ਦੇ ਬਾਵਜੂਦ ਬੇਨਤੀਆਂ ਕਰਨ ਦੇ ਬਾਵਜੂਦ ਕਿਸੇ ਵੀ ਸਰਕਾਰੀ ਵਕੀਲ ਨੇ ਇਹ ਨਹੀਂ ਕਿਹਾ ਕਿ ਘਟੂ ਘਟੂ ਰਕਾਰ ਦਾ ਤੁਸੀਂ ਮੰਗਾਲੋ ਜੀ ਹਾਈ ਕੋਰਟ ਨੂੰ ਇਹ ਕਹਿਣ ਦੇ ਕਿ ਤੁਸੀਂ ਚਾਰ ਸ਼ੀਟਸ ਮੰਗਵਾਓ ਉਹਨਾਂ ਨੂੰ ਪੜੋ ਦੇਖੋ ਜੇ ਉਹਦੇ ਵਿੱਚ ਕੋਈ ਇਤਰਾਜ਼ ਹੈ ਤਾਂ ਰੱਦ ਕਰ ਦਿਓ ਜੀ ਤੇ ਇਤਰਾਜ਼ ਉਹਦੇ ਵਿੱਚ ਕੋਈ ਹੈ ਹੀ ਨਹੀਂ ਸੀ ਹੁਣ ਵਾਲੀਆਂ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਦੀ ਜਿਹੜੀ ਜਾਂਚ ਵੀ ਹੈ ਹੈ ਉਹਨਾਂ ਲਈ ਨਾ ਜੀ ਜੋ ਕੁਝ ਕੁਮਰ ਵਿਜੇ ਪ੍ਰਤਾਪ ਨੇ ਕੀਤਾ ਸੀ ਉਹੀ ਕੁਝ ਸੀ ਖਰ ਨਤੀਜਾ ਹੋਇਆ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਫਿਰ ਜਿਹੜੀ ਸਰਵਸ ਉਹਨਾਂ ਦੀ ਕਾਫੀ ਰਹਿੰਦੀ ਸੀ ਔਰ ਨਿਸ਼ਚਿਤ ਮੈਂ ਮਨੂਏ ਯਕੀਨ ਹੈ ਕਿ ਉਹਨਾਂ ਨੇ ਪੰਜਾਬ ਦਾ ਡੀਜੀਪੀ ਲੱਗ ਜਾਣਾ ਸੀ ਜੀ ਲੇਕਿਨ ਉਹਨਾਂ ਨੇ ਇੱਕਦਮ ਜਿਹੜੀ ਹੈ ਆਪਣੀ ਜੇ ਲਈ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਲੋ ਜਾਂ ਜਿਹੜਾ ਵੀਆਰਐਸ ਕਹਿੰਦੇ ਵਲੰਟਰੀ ਰਿਟਾਇਰਮੈਂਟ ਸਕੀਮ ਦੇ ਤਹਿਤ ਜੀ ਉਹ ਆਪਣੇ ਮਹਿਕਮੇ ਤੋਂ ਛੁੱਟੀ ਲੈ ਗਏ ਰੁਕਸਤ ਹੋ ਗਏ ਮਤਲਬ ਅਭੀ ਉਹ ਇੱਕ ਸਧਾਰਨ ਵਿਅਕਤੀ ਬਣ ਗਏ ਅੱਜ ਮੈਂ ਕਿਸੇ ਹੋਰ ਪਲੇਟਫਾਰਮ ਦੇ ਉੱਤੇ ਸੁਣ ਰਿਹਾ ਸੀ ਬੜੇ ਵਧੀਆ ਇੱਕ ਆਪਣੇ دانشਮੰਦ ਪੱਤਰਕਾਰ ਹੈ ਬਹੁਤ ਵਧੀਆ ਉਹਨਾਂ ਦੇ ਚ ਆਪਣਾ ਅੰਮ੍ਰਿਤਸਰ ਤੋਂ ਚੱਲਦਾ ਹੈ ਪੰਜਾਬ ਟੈਲੀਵਿਜ਼ਨ ਜੀ ਉਹਨਾਂ ਦੇ ਜਿਹੜੇ ਸੰਚਾਲਕ ਹੈ ਮਿਸਟਰ ਹਰਜਿੰਦਰ ਸਿੰਘ ਰੰਧਾਵਾ ਜੀ ਉਹ ਜ਼ਿਕਰ ਕਰ ਰਹੇ ਸੀ ਮੈਂ ਉਹਨਾਂ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਜਦੋਂ ਅਸਤੀਫਾ ਦਿੱਤਾ ਨਾ ਨੇ ਜਾਂ ਆਪਣੀ ਉਹ ਰਿਟਾਇਰਮੈਂਟ ਲਈ ਹੈ ਜੀ ਤੇ ਉਦੋਂ ਮਤਲਬ ਹੈ ਵੀ ਕਈ ਦਿਨ ਇਹ ਰਾਤ ਨੂੰ ਸੌਂਦੇ ਨਹੀਂ ਸੀ ਜੀ ਤੁਸੀਂ ਰਾਤ ਨੂੰ 2:00 2:30 ਜਦੋਂ ਮਰਜ਼ੀ ਫੋਨ ਕਰ ਲੋ ਤੇ ਕਮਰ ਵਿੱਚ ਜੇ ਪ੍ਰਤਾਪ ਸਿੰਘ ਬੈਠੇ ਹੀ ਮਿਲਦੇ ਹੁੰਦੇ ਸੀ ਜੀ ਕਿਉਂਕਿ ਬੰਦੇ ਨੂੰ ਹੁੰਦਾ ਵੀ ਇੰਨੀ ਵੱਡਿਆ ਮੈਂ ਜਿਹੜਾ ਹੈਗਾ ਕੰਮ ਕੀਤਾ ਤੇ ਮੇਰੇ ਕੰਮ ਨੂੰ ਜਿਹੜੀ ਮਾਨਤਾ ਮਿਲੀ ਸੀ ਉਹ ਨਹੀਂ ਮਿਲੀ ਮਿਲੀ ਤੇ ਨੀ ਚੀਜੇ ਬਜੂ ਮੈਨੂੰ ਨੌਕਰੀ ਛਡਨੀ ਪੈਗੀ ਹੁੰਦੀ ਹੈ ਜੀ ਫਿਰ ਉਸੇ ਸਮੇਂ ਦੌਰਾਨ ਇਹ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਭੱਜੇ ਫਿਰਦੇ ਸੀ ਕਿ ਸਰਕਾਰ ਬਣਾਉਣੀ ਹੈ ਕੇਜਰੀਵਾਲ ਦੇ ਨਾਂ ਦੇ ਉੱਤੇ ਵੀ ਸੀ ਵੋਟਾਂ ਮੰਗੀਆਂ ਜਾ ਰਹੀਆਂ ਝਾੜੂ ਦੇ ਨਾਂ ਤੇ ਵੀ ਮੰਗੀਆਂ ਜਾ ਰਹੀਆਂ ਲੇਕਿਨ ਇਥੇ ਕਿਸੇ ਕਿਸਮ ਦੀ ਕੋਈ ਜਿਹੜੀ ਹੈਗੀ ਹੈ ਇਹਨਾਂ ਦੀ ਮੂਵਮੈਂਟ ਨਹੀਂ ਸੀ ਬਣ ਰਹੀ ਜੀ ਔਰ ਉਦੋਂ ਇਹ ਲੱਗਦਾ ਸੀਗਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣ ਤੋਂ ਕੋਈ ਰੋਕ ਨਹੀਂ ਸਕਦਾ ਜੀ اور ਲੋਕ ਇਹ ਕਹਿੰਦੇ ਹੁੰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੀਫ ਮਿਨਿਸਟਰ ਦੁਆਰਾ ਫੇਰ ਮਾਣਿਆ ਲੇਕਿਨ ਜਦੋਂ ਕੁਮਰਬਿਜੇ ਪ੍ਰਤਾਪ ਸਿੰਘ ਨੇ ਅਸਤੀਫਾ ਦਿੱਤਾ ਜੀ ਤੇ ਉਦੋਂ ਫਿਰ ਜਿਹੜੀ ਜਿਹੜੀ ਚੀਜ਼ ਨੇ ਜਿਸ ਮੁੱਦੇ ਨੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਇਆ ਸੀ ਉਹਨੇ ਫਿਰ ਕਾਂਗਰਸ ਪਾਰਟੀ ਨੂੰ ਵੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਜੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅੰਦਰ ਅੰਦਰ ਮਤਲਬ ਜਿਹੜੀ ਇੱਕ ਬਗਾਵਤ ਨੂੰ ਉਤਸ਼ਾਹਤ ਕਰਨਾ ਸ਼ੁਰੂ ਕਰ ਦਿੱਤਾ ਹਾਈ ਕਮਾਂਡ ਨੇ ਕਿ ਤੋ ਖੜਾ ਚੜਾਈ ਗਿਆ ਪਾ ਲੈਣਾ ਕੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲਿਆਂ ਨੇ ਫਿਰ ਕੁਮਰਬਿਜੇ ਪ੍ਰਤਾਪ ਸਿੰਘ ਨੂੰ ਦੇ ਦਾ ਹੈ ਵਨਓਵਰ ਕਰ ਲਿਆ ਜੀ ਔਰ ਕੇਜਰੀਵਾਲ ਨੇ ਕਹਿ ਦਿੱਤਾ ਸੀ ਕਿ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਸਾਰਾ ਕੁਛ ਕਰੀ ਬੈਠੇ ਜਿੱਦਣ ਸਾਡੀ ਸਰਕਾਰ ਬਣ ਗਈ ਨਾਲ ਦੀ ਨਾਲ ਹੀ ਅਸੀਂ ਜਿਹੜਾ ਹੈਗਾ ਆ ਬੀਐਸਬੀ ਵਾਲੇ ਲੋਕ ਹੈ ਜਿਹੜੇ ਉਹਨਾਂ ਨੂੰ ਅੰਦਰ ਤੋਂ ਢੁੰਦਿਆ ਗਿਆ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਵੱਡੇ ਵੱਡੇ ਪੋਸਟਰ ਸਾਰੇ ਪੰਜਾਬ ਚ ਲਾਏ ਗਏ ਜੀ ਉਹਨਾਂ ਨੂੰ ਦਾ ਇੱਕ ਚਿਹਰਾ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਭਗਵੰਤ ਮਾਨ ਦਾ ਚਿਹਰਾ ਆਇਆ ਪਹਿਲਾਂ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਆ ਗਿਆ ਸੀ ਤੇ ਇਹ ਕਿਹਾ ਸੀ ਭਗਵੰਤ ਮਾਨ ਨੇ ਵੀ ਕਿ ਤੁਹਾਨੂੰ ਕੋਈ ਐਡੀ ਵੱਡੀ ਜ਼ਿੰਮੇਵਾਰੀ ਦੇਵਾਂਗੇ ਜੀ ਕਿ ਤੁਸੀਂ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਲੈ ਸਕੋਗੇ ਜੀ ਲੇਕਿਨ ਹੋਇਆ ਕੀ ਉੱਥੇ ਹੀ ਹੈ ਸਾਰਾ ਕੁਝ ਅੱਜ ਜਿਹੜੀ ਹੁਣ ਉਹਨਾਂ ਦੀ ਜਿਹੜੀ ਮਾਪੇ ਜਿਹੜੀ ਚਰਚਾ ਕਰ ਰਹੇ ਹਨ ਖਬਰ ਦੀ ਜੀ ਉਹ ਖਬਰ ਇਹ ਹੈ ਕਿ ਕੱਲ ਉਹਨਾਂ ਨੇ ਆਪਣੇ ਜਿਹੜਾ ਹੈਗਾ ਸੋਸ਼ਲ ਮੀਡੀਆ ਪੇਜ ਜੀ ਉਹਦੇ ਉੱਤੇ ਇੱਕ ਪੋਸਟ ਪਾਤੀ ਜੀ ਤੇ ਉਹ ਪੋਸਟ ਦੇ ਨਾਲ ਉਹਨਾਂ ਨੇ ਇੱਕ ਭਗਵੰਤ ਸਿੰਘ ਮਾਨ ਦੀ ਜਿਹੜੀ ਪੁਰਾਣੀ ਇੱਕ ਹੈਗੀ ਵੀਡੀਓ ਨਾਲ ਹੀ ਉਹ ਅਟੈਚ ਕਰਤੀ ਉਹ ਵੀ ਪਾਤੀ ਜੀ ਜਿਹਦੇ ਵਿੱਚ ਭਗਵੰਤ ਮਾਨ ਹੋਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਚਾਂਦਮਾਰੀ ਕਰ ਰਹੀ ਹੈ ਜੀ ਕਿ ਮੈਨੂੰ ਕਾਂਗਰਸੀ ਕਹਿੰਦੇ ਸੀ ਸਾਡਾ ਮੁੱਖ ਮੰਤਰੀ ਸਾਨੂੰ ਡੋਬੂਗਾ ਕਹਿੰਦਾ ਮੈਂ ਕਹਿੰਦਾ ਡੁੱਬਣ ਵਾਲਾ ਬੰਦਾ ਹੈ ਇਹਨੇ ਕਰਨੇ ਕੁਝ ਨਹੀਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਇਹਨੇ ਕੱਖ ਨਹੀਂ ਕੀਤਾ ਜੀ ਇਹ ਬਾਦਲ ਕਹਿੰਦੇ ਨਾਲ ਰਲਿਆ ਵਾ ਬਾਦਲ ਕਿਸ ਦੇ ਨਾਲ ਰਲਿਆ ਵੀ ਹੈ ਬਾਦਲ ਕਹਿੰਦੇ ਇਹਦੇ ਖਿਲਾਫ ਜਿਹੜੇ ਕੇਸ ਦਰਜ ਕੀਤੇ ਸੀ ਉਹ ਵਾਪਸ ਲੈ ਲਈ ਨੇ ਉਹਨਾਂ ਨੇ ਲੈ ਲਈ ਭਗਵੰਤ ਮਾਨ ਦੇ ਖਿਲਾਫ ਤਾਂ ਕੋਈ ਕੇਸ ਦਰਜ ਨਹੀਂ ਹੋਇਆ ਸੀ ਜੀ ਉਹਨਾਂ ਨੇ ਕਿਹਾ ਕਿ ਸ਼੍ਰੀਮਾਨ ਜੀ ਤੁਸੀਂ ਗ੍ਰਹਿ ਮੰਤਰੀ ਹੋ ਥੋੜੀ ਜਿਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਕਿਹੋ ਜਿਹਾ ਕੰਮ ਕਰ ਰਹੀਆਂ ਮੇਰੇ ਕੀਤੇ ਕਰਾਣੇ ਤੇ ਪਾਣੀ ਪਿਆ ਸੀ ਫਰੇ ਫਰੇ ਸੀ ਜਿਹੜੇ ਬੰਦੇ ਗਵਾਹ ਸੀ ਤੇ ਹੁਣ ਉਹ ਜਿਹੜੇ ਐ ਉਲਟ ਹੋ ਗਏ ਜੀ ਹੁਣ ਮੇਰੇ ਖਿਲਾਫ ਬਿਆਨ ਲੈਣੇ ਸ਼ੁਰੂ ਕਰ ਦਿੱਤੇ ਐਸਆਈਟੀ ਨੇ ਜੀ ਇਹ ਕੁਝ ਕਰਕੇ ਉਹਨਾਂ ਨੇ ਇੱਕ ਕਿਸਮ ਦੀ ਖਲਬਲੀ ਮਚਾਈ ਤੇ ਸਾਰੇ ਪੰਜਾਬ ਚਲ-ਚਲ ਪੈਦਾ ਹੋ ਗਈ ਬਿਲਕੁਲ ਅੱਜ ਹੀ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਇਆ ਸਵੇਰੇ ਔਰ ਉਸ ਸੈਸ਼ਨ ਦੇ ਵਿੱਚ ਵੀ ਮਾਮਲਾ ਇਹੀ ਉੱਠਿਆ ਜੀ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜੋ ਗੱਲ ਕਹੀ ਹੈ ਤੇ ਤੁਸੀਂ ਆਓ ਉਹਦੇ ਤੇ ਆਪਾਂ ਬਹਿਸ ਕਰੀਏ ਜੀ ਸੈਸ਼ਨ ਦੋ ਦਿਨਾਂ ਦਾ ਸੀ ਪਰ ਜਾਣਕਾਰੀ ਇਹ ਮਿਲੀ ਹੈ ਕਿ ਸੈਸ਼ਨ ਪਜਕਾਰੋ ਉਠਾਤਾ ਜੀ ਕਿਉਂਕਿ ਇਹ ਫੇਸ ਨਹੀਂ ਕਰ ਸਕੀ ਸਰਕਾਰ ਬਿਲਕੁਲ ਸੈਸ਼ਨ ਛੱਡ ਕੇ ਭੱਜ ਜਾਣਾ ਸਰਕਾਰ ਦਾ ਬਹੁਤ ਵੱਡੀ ਗੱਲ ਹੁੰਦੀ ਹੈ ਬਿਲਕੁਲ ਜੀ ਔਰ ਉਹ ਜਿਹੜਾ ਸੈਸ਼ਨ ਛੱਡ ਕੇ ਭੱਜੇ ਇਹੀ اپੋਜੀਸ਼ਨ ਹਾਲਾਂਕਿ ਬੜਾ ਇੱਕ ਬੜੀ ਕਮਜ਼ੋਰ ਹੈ ਜੀ 18 ਬੰਦੇ ਕਾਂਗਰਸ ਦੇ ਹਨ ਤਿੰਨ ਅਕਾਲੀ ਦਲ ਦੇ ਇੱਕ ਜਨਾ ਹੈਗਾ ਮੇਰੇ ਖਿਆਲ ਬਹੁਜਨ ਸਮਾਜ ਪਾਰਟੀ ਦਾ ਜੀ ਤੇ ਦੋ ਭਾਜਪਾ ਦੇ ਇਹਦੀ ਕਮਜ਼ੋਰ ਆਪੋਜੀਸ਼ਨ ਦੇ ਹੁੰਦੇ ਜੇ 92 ਵਾਲੀ ਛੜਕੇ ਚਲੀ ਗਈ ਤੇ ਇਹਦਾ ਮਤਲਬ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਬੜੀਆਂ ਦਮਦਾਰ ਤੇ ਬੜੀਆਂ ਠੋਕਮੀਆਂ ਬਹੁਤ ਕੁਝ ਭੁੱਲਿਆ ਜਾ ਸਕਦਾ ਹੈ ਕੁਮਰ ਵਿਜੇ ਪ੍ਰਤਾਪ ਦੇ ਲੇਕਿਨ ਜਿਆਦਾ ਬੋਲਣਾ ਠੀਕ ਨਹੀਂ ਕਿਉਂਕਿ ਰਿਪੀਟ ਕਰਾਂਗੇ ਵਾਰੀ ਵਾਰੀ ਆਪਾਂ ਉਹਨਾਂ ਚੀਜ਼ਾਂ ਨੂੰ ਪਰ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜੋ ਜਿਹੜਾ ਹੈਗਾ ਝੰਡਾ ਗੱਡਤਾ ਜੀ ਇਹ ਝੰਡਾ ਕੁਮਰ ਵਿਜੇ ਪ੍ਰਤਾਪ ਬੜੇ ਰੰਗ ਦਿਖਾਊਗਾ ਕੁੰਮਰ ਵਿਜੇ ਪ੍ਰਤਾਪ ਦੀ ਵਜ੍ਹਾ ਕਰਨ ਜਿਹੜੀ ਇਹ ਲੱਗਦੀ ਸੀ ਨਾ ਕਿ ਕੈਪਟਨ ਦੀ ਸਰਕਾਰ ਆ ਗਈ ਤੇ ਕੈਪਟਨ ਸਾਹਿਬ ਆਪ ਵੀ ਨਹੀਂ ਮੁੱਖ ਮੰਤਰੀ ਰਹੇ ਤੇ ਐਮਐਲਏ ਵੀ ਨਹੀਂ ਬਣ ਸਕੇ ਜੀ ਤੇ ਮੇਰੇ ਖਿਆਲ ਵਿੱਚ ਇਹ ਸਰਕਾਰ ਦੇ ਲਈ ਵੀ ਬਹੁਤ ਭਾਰੀ ਪੈਣੇ ਅਜੇ ਤੱਕ ਜੀ ਇਸ ਸਰਕਾਰ ਦਾ ਇਸ ਪਾਰਟੀ ਦਾ ਕੋਈ ਵੀ ਪ੍ਰतिकਰਮ ਨਹੀਂ ਆਇਆ ਜਿਹੜੀਆਂ ਗੱਲਾਂ ਕੁੰਮਰ ਵਿਜੇ ਪ੍ਰਤਾਪ ਸਿੰਘ ਨੇ ਕਹਿੰ ਗਏ ਜਿਸ ਦਾ ਮਤਲਬ ਹੈ ਕਿ ਸਰਕਾਰ ਕੋਲ ਤੇ ਪਾਰਟੀ ਕੋਲੇ ਉਹਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਹੈ ਬਿਲਕੁਲ ਜੀ ਤੇ ਲੋ ਸਾਹਿਬ ਜਮਾਨਦ ਮਿਲਣ ਦੇ ਬਾਵਜੂਦ ਵੀ ਕੁਲਬੀਰ ਜੀਰਾ ਜਿਹੜੇ ਆ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ ਜੀ ਕੀ ਕਾਰਨ ਬਣੇ ਦੇਖੋ ਕੁਲਬੀਰ ਜੀਰਾ ਇੱਕ ਸਧਾਰਨ ਆਦਮੀ ਹੈ ਜੀ ਐਮਐਲਏ ਜਰੂਰ ਬਣ ਗਿਆ ਸੀ ਉਹਦੇ ਬਾਪ ਵੀ ਐਮਐਲਏ ਰਹੇ ਐ ਮੰਤਰੀ ਵੀ ਰਹੇ ਪਰ ਜੇ ਆਪਾਂ ਗੱਲ ਕਰੀਏ ਤੇ ਇਸ ਵੇਲੇ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਹੈਗੇ ਆ ਕੋਈ ਬਹੁਤੀ ਮਤਲਬ ਆਪਾਂ ਜੇ ਕਹਿ ਦਈਏ ਕੋਈ ਦਮਦਾਰ ਅਲੀ ਗੱਲ ਨਹੀਂ ਹੈ ਜੀ ਕਿਉਂਕਿ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਜਿਸ ਕਿਸਮ ਦਾ ਸੰਘਰਸ਼ ਕਰਨਾ ਚਾਹੀਦਾ ਸੀ ਇਹ ਉਹ ਸੰਘਰਸ਼ ਨਹੀਂ ਕਰ ਰਹੇ ਜੀ ਬੁੱਤਾ ਯਾਸਾਰ ਨੇ ਵੀ ਚਲੋ ਰੈਲੀ ਜੀ ਕਰ ਲਈਏ ਕੋਈ ਇਹੋ ਜਿਹਾ ਕੰਮ ਕਰ ਲਈਏ ਜੀ ਦੇ ਨਾਲ ਸਰਕਾਰ ਵੀ ਨਾਰਾਜ਼ ਨਾ ਹੋਵੇ ਵਗੈਰਾ ਵਗੈਰਾ ਹੈ ਲੱਛੇਦਾਰ ਪਾਸ਼ਨ ਕਰ ਦਿਓ ਤੇ ਘਰੋਂ ਘਰੀ ਜਾਓ ਜੀ ਜਿਹੜਾ ਜ਼ਮੀਨੀ ਅੰਦੋਲਨ ਹੁੰਦਾ ਹੈ ਜ਼ਮੀਨੀ ਅੰਦੋਲਨ ਕਾਂਗਰਸ ਪਾਰਟੀ ਨੇ ਨਹੀਂ ਲੜਿਆ ਲੇਕਿਨ ਜੀ ਜਿਹੜਾ ਜੀਰਾ ਹੈ ਕੁਲਬੀਰ ਸਿੰਘ ਜੀਰਾ ਇਹ ਜ਼ਮੀਨੀ ਅੰਦੋਲਨ ਲੜਨਾ ਸ਼ੁਰੂ ਕਰਤਾ ਗੱਲ ਆਪਾਂ ਕੱਲ ਵੀ ਕੀਤੀ ਸੀ ਕਿ ਇਹਦੇ ਲੋਕਾਂ ਦੇ ਮਸਲੇ ਲੈ ਕੇ ਬੀਡੀਪੀਓ ਦੇ ਅਫਸਰ ਦੇ ਸਾਹਮਣੇ ਧਰਨਾ ਮਾਰਦਾ ਜੀ ਪੰਚਾਇਤਾਂ ਨੂੰ ਨਾਲ ਲੈ ਕੇ ਸਰਪੰਚਾਂ ਨੂੰ ਨਾਲ ਲੈ ਕੇ ਔਰ ਉਹਦਾ ਨਤੀਜਾ ਇਹ ਹੋਇਆ ਕਿ ਉਦੇ ਖਿਲਾਫ ਕੇਸ ਰਜਿਸਟਰ ਹੋ ਗਿਆ ਤੇ ਉਹਦੀ ਗ੍ਰਿਫਤਾਰੀ ਹੋ ਗਈ ਜੀ ਗ੍ਰਿਫਤਾਰੀ ਤੋਂ ਬਾਅਦ ਉਹ ਬੰਦਾ ਜੇਲ੍ਹ ਚਲਾ ਗਿਆ ਕੇਸ ਜਿਹੜਾ ਉਹਦੇ ਤੇ ਬਣਿਆ ਸੀ ਉਹ ਕੇਸ ਇਹੋ ਜਿਹਾ ਹੀ ਹੈ ਕਿ ਉਹਦੇ ਵਿੱਚ ਜ਼ਮਾਨਤ ਹੋ ਹੀ ਜਾਣੀ ਸੀ ਜੀ ਜ਼ਮਾਨਤ ਹੀ ਇਹ ਵੀ ਲੋੜ ਨਹੀਂ ਸੀ ਕਿ ਉਹ ਜ਼ਮਾਨਤ ਜਾ ਕੇ ਸੈਸ਼ਨ ਕੋਰਟ ਚ ਲੈ ਕੇ ਜਾਣ ਉਹਨਾਂ ਨੂੰ ਚਲੋ ਜ਼ਮਾਨਤ ਮਿਲ ਗਈ ਛੇਠਾਂ ਤੋਂ ਜ਼ਮਾਨਤ ਮਿਲ ਗਈ ਜੀ ਜ਼ਮਾਨਤ ਮਿਲ ਗਈ ਤੇ ਜ਼ਮਾਨਤ ਮਿਲਣ ਤੋਂ ਬਾਅਦ ਜਿਹੜਾ ਉਹ ਆਰਡਰ ਹੁੰਦਾ ਅਦਾਲਤ ਦਾ ਜਾਂ ਜਿਹੜੀ ਉੱਥੇ ਬੰਦਾ ਆਪਣੀ ਜ਼ਮਾਨਤ ਦਿੰਦਾ ਜੀ ਜਮਾਨਤ ਜਮਾਨਤ ਭਰੇ ਜਾਂਦੇ ਆ ਉਸ ਤੋਂ ਬਾਅਦ ਰਿਹਾਈ ਆਰਡਰ ਹੁੰਦਾ ਉਹ ਵੀ ਅਦਾਲਤ ਰਾਹੀਂ ਹੁੰਦਾ ਜੀ ਅਦਾਲਤ ਦਾ ਆਰਡਰ ਜੇਲ੍ਹ ਚ ਚਲਾ ਜਾਂਦਾ ਤੇ ਬੰਦਾ ਛੁੱਟ ਜਾਂਦਾ ਲੇਕਿਨ ਸਾਰਾ ਕੁਝ ਹੋਣ ਦੇ ਬਾਵਜੂਦ ਉਹ ਬੰਦਾ ਛੁੱਟਿਆ ਕਿਉਂ ਨਹੀਂ ਜੀ ਉਹ ਬੰਦਾ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਕਿਉਂ ਹੈ ਇੱਥੇ ਫਿਰ ਇਹ ਕਹਿਣਾ ਪਊਗਾ ਕਿ ਆਮ ਆਦਮੀ ਪਾਰਟੀ ਜਿਹੜੀਆਂ ਰਵੇਤੀ ਪਾਰਟੀਆਂ ਦੇ ਵਿਰੋਧ ਵਜੋਂ ਆਈ ਸੀ ਜੀ ਇਹ ਕਹਿਣ ਭਾਵੇਂ ਨਾ ਕਹਿਣ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਇਸ ਕਰਕੇ ਦਿੱਤੀਆਂ ਸੀ ਕਿ ਉਹ ਉਹਨਾਂ ਤੋਂ ਖੜਾ ਛੁਡਾਉਣਾ ਚਾਹੁੰਦੇ ਸੀ ਪੁਰਾਣਿਆਂ ਤੋਂ ਬਿਲਕੁਲ ਇਹ ਇਸ ਗੱਲ ਨੂੰ ਭੁੱਲਦੇ ਕਿ ਲੋਕਾਂ ਨੇ ਉਹ ਨਾ ਕਿਹਾ ਹੋਇਆ ਨੂੰ ਤੁਹਾਨੂੰ ਪਾਵਰ ਚ ਲੈ ਕੇ ਆਂਦਾ ਸੀ ਇਹ ਨਹੀਂ ਕਿ ਤੁਹਾਡੇ ਕੋਈ ਮਤਲਬ ਚਿਹਰੇ ਵਾਲੇ ਸੋਹਣੇ ਸੀ ਤੁਸੀਂ ਤਾਂ ਆਮ ਲੋਕਾਂ ਨੂੰ ਟਿਕਟਾਂ ਦਿੱਤੀਆਂ ਇਹ ਲੋਕ ਨੂੰ ਜਾਣਦੇ ਹੀ ਨਹੀਂ ਸੀ ਵੇ ਮੈਂ ਲੈ ਕੇ ਸਾਡਾ ਕੈਂਡੀਡੇਟ ਕੌਣ ਹੈ ਜੀ ਤਾਂ ਜਿਹੜਾ ਉਹਨਾਂ ਨੇ ਜਿਹੜਾ ਦਿੱਤਾ ਸੀ ਫਤਵਾ ਦਿੱਤਾ ਸੀ ਉਸ ਫਤਵੇ ਜੋ ਕੁਝ ਫਤਵਾ ਦਿੱਤਾ ਸੀ ਜਿਹੜੀਆਂ ਗੱਲਾਂ ਕਰਕੇ ਤੁਸੀਂ ਆਮ ਆਦਮੀ ਪਾਰਟੀ ਨੇ ਕਰਨੇ ਸ਼ੁਰੂ ਕਰ ਦਿੱਤੀਆਂ ਜੀ ਬਾਕੀ ਗੱਲਾਂ ਛੱਡ ਦਿਓ ਆਪਾਂ ਪ੍ਰਸ਼ਾਸਨ ਵਧੀਆ ਦੇ ਰਿਹਾ ਜੀ ਚਲੋ ਠੀਕ ਹੈ ਆ ਨਹੀਂ ਕਰਦੇ ਆ ਨਹੀਂ ਕਰਦੇ ਪਰ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਜੇ ਕਿਸੇ ਬੰਦੇ ਨੂੰ ਜੇਲ੍ਹ ਚ ਰੱਖਣਾ ਹਸਤੇ ਬਜੇ ਦੋ ਜੇ ਕਿ ਆਪਾਂ ਇਹਨੂੰ ਜੇਲ੍ਹ ਚ ਰੱਖਣੇ ਹੀ ਰੱਖਣੇ ਜੀ ਹੁਣ ਇੱਥੇ ਗੱਲ ਕਰਦੀ ਹੈ ਕਿ ਜੋ ਕੋਈ ਸੁਖਪਾਲ ਖੈਰੇ ਨਾ ਹੋਇਆ ਹੈ ਜੀ ਉਹ ਸੁਖਪਾਲ ਖੈਰੇ ਦੇ ਜੋ ਇਲਜ਼ਾਮ ਹੈ ਜਾਂ ਕਾਂਗਰਸ ਪਾਰਟੀ ਦੇ ਇਲਜ਼ਾਮ ਹੈ ਜਾਂ ਖੈਰਾ ਸਾਹਿਬ ਦੇ ਪਰਿਵਾਰ ਦੇ ਜੋ ਇਲਜ਼ਾਮ ਹੈ ਉਹਨਾਂ ਇਲਜ਼ਾਮਾਂ ਦੀ ਪੁਸ਼ਟੀ ਕਰਤੀ ਕੁਲਵੀਰ ਜੀ ਰਿਆਲੇ ਕੇਸ ਨੇ ਜੀ ਜੇ ਉਹਨਾਂ ਦੇ ਖਿਲਾਫ ਜਿਵੇਂ ਕੁਝ ਬਣਿਆ ਬਹਿ ਪਹਿਲਾਂ ਭਗਵੰਤ ਮਾਨ ਹੋਰੀ ਸਾਰੇ ਕਹਿੰਦੇ ਸੀ ਕਿ ਨਜਾਇਜ਼ ਹੈ ਜਦੋਂ ਕਾਂਗਰਸ ਦੇ ਰਾਜਵੀਰ ਇਹਨਾਂ ਨੂੰ ਸੰਬੋਧਨ ਕੀਤਾ ਸੀ ਉਦੋਂ ਮਾਨ ਹਰੂ ਆਪ ਕਹਿੰਦੇ ਰਹੇ ਲੇਕਿਨ ਇਹਦੇ ਖਿਲਾਫ ਤਾਂ ਕੇਸ ਦੇ ਵਿੱਚੋਂ ਜਮਾਨਤ ਮਿਲ ਗਈ ਜੀ ਤੇ ਹੁਣ ਨਵਾਂ ਮਾਮਲਾ ਕਰਤਾ 10751 ਜੀ ਨੁਕਸੇ ਅਮਨ ਕਰਨ ਕਹਿੰਦੇ ਜੀ ਸਾਨੂੰ ਬੰਦਾ ਉਹਦੇ ਚਾਹੀਦਾ ਉਹਦੇ ਵਿੱਚ ਵੀ ਬੰਦੀ ਪਾ ਕੇ ਤੇ ਭੇਜਤਾ ਜੀ ਹੁਣ ਹੋਰ ਦੂਜੀ ਜਿਹੜੀ ਫੌਜਦਾਰੀ ਕੇਸ ਦੇ ਵਿੱਚੋਂ ਉਹਨੂੰ ਜਮਾਨਤ ਮਿਲ ਗਈ 755 ਰੋਕੂ ਕਾਰਵਾਈ ਕਹਿੰਦੇ ਐ ਜੀ ਕਿ ਬੰਦਾ ਲੜਾਈ ਝਗੜੇ ਦਾ ਆਦੀ ਐ ਜੇ ਇਹਦੇ ਖਿਲਾਫ ਯਾਨੀ ਪਾਬੰਦ ਨਾ ਕੀਤਾ ਤੇ ਕੋਈ ਲੜਾਈ ਝਗੜਾ ਕਰ ਸਕਦਾ ਲੜਾਈ ਝਗੜਾ ਉਹਨੇ ਕਿਹਦੇ ਨਾਲ ਕਰ ਲੇ ਇਸੇ ਕਿਸੇ ਪ੍ਰਾਈਵੇਟ ਬੰਦੇ ਨੇ ਤਾਂ ਕੋਈ ਗੱਲ ਨਹੀਂ ਕੀਤੀ ਸਰਕਾਰੀ ਬੰਦੇ ਨੇ ਕਹਿੰਦੇ ਆ ਸਰਕਾਰੀ ਬੰਦਾ ਕਿਵੇਂ ਪ੍ਰੈਸ਼ਰ ਥੱਲੇ ਆ ਕੇ ਦਿੰਦਾ ਇਹ ਆਪਾਂ ਜਾਣਦੇ ਇਹ ਆਪਾਂ ਸੁਖਪਾਲ ਖੇਰੇ ਦੀ ਗੱਲ ਕਰਦੇ ਆ ਕਿ ਸੁਖਪਾਲ ਖੇਰੇ ਦੇ ਖਿਲਾਫ ਇੱਕ ਪਰਚਾ ਦਰਜ ਕੀਤਾ ਸੀ ਜੀ ਉਹਦੇ ਖਿਲਾਫ ਪਰਚਾਇ ਦਰਜ ਕਰਤਾ ਜੀ ਉਹਨੇ ਐਸਡੀਐਮ ਦੇ ਨਾਲ ਬਦਸਲੂਕੀ ਕੀਤੀ ਹੈ ਜੀ ਲੇਕਿਨ ਸੁਖਪਾਲ ਖੇਰੇ ਨੇ ਉਹ ਵੀਡੀਓ ਜਾਰੀ ਕਰਤੀ ਜਦੋਂ ਐਸਡੀਐਮ ਉਹਨੇ ਦੇ ਧਰਨੇ ਦੇ ਵਿੱਚ ਆ ਕੇ ਕਹਿ ਰਿਹਾ ਜੀ ਕੋਈ ਗੱਲ ਨਹੀਂ ਸਾਡੇ ਕੋਲ ਸਟਾਫ ਘੱਟ ਹੈ ਤੁਸੀਂ ਗਰਜ਼ੌਰੀ ਦੀ ਮੰਗ ਕਰਦੇ ਹੋ ਅਸੀਂ ਗਰਜ਼ੌਰੀ ਕਰ ਦੇਵਾਂਗੇ ਜੀ ਪੰਜ ਚਾਰ ਦਿਨਾਂ 'ਚ ਜੀ ਉਹ ਮਤਲਬ ਇੱਕ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਬੰਦਾ ਬੇਨਤੀ ਦੇ ਰੂਪ ਚ ਕਰਦਾ ਵੀ ਸਾਨੂੰ ਟਾਈਮ ਦਿਓ ਜੀ ਉਹ ਉਹਨੂੰ ਸਰਸਰ ਕਹਿ ਰਹੇ ਪਰ ਇਹਦੇ باوجود ਕਈ ਦਿਨਾਂ ਬਾਅਦ ਉੱਥੇ ਪਰਚਾ ਦਿੱਤਾ ਸੀ ਅੱਛਾ ਉਹਨੂੰ ਮੰਨ ਲੈਣਗੇ ਵੀ ਸੁਖਪਾਲ ਖਹਿਰਾ ਥੋੜਾ ਜਿਹਾ ਕਬੈ ਸ਼ਾਇਦ ਕੋਈ ਬਦਤਮੀਜ਼ੀ ਕਰ ਲਈ ਹੋਵੇ ਜੀ ਲੇਕਿਨ ਇਹ ਤਾਂ ਜੇਲ੍ਹ ਚ ਬੈਠੇ ਜੇਲ੍ਹ ਚ ਬੈਠੇ ਦੇ ਮਗਰ 551 ਦਾ ਉਹਦਾ ਬਣਾ ਕੇ ਕਲੰਦਰਾ ਤੇ ਉਹਦੇ ਤੋਂ ਲੈ ਕੇ ਵਰੰਟ ਉੱਥੇ ਭੇਜਦੇ ਜੀ ਤਾਂ ਫਿਰ ਮਤਲਬ ਇਹ ਹੈ ਕਿ ਦੇਖ ਦੇਖ ਕੇ ਕਿ ਕੱਟਣ ਵਾਲੀ ਗੱਲ ਹੈ ਕਿ ਜਿਹੜੇ ਵਿਰੋਧੀ ਹੈ ਵਿਰੋਧੀਆਂ ਨੂੰ ਦਬਾ ਕੇ ਰੱਖਣੇ ਉਦੋਂ ਵਾਕੇ ਰਖੰਦਾ ਨਤੀਜਾ ਇਹ ਐ ਇਸੇ ਕਰਕੇ ਭਾਵੇਂ ਜਮਾਨਤ ਉਹਨੂੰ ਮਿਲ ਗਈ ਤੇ ਬੰਦਾ ਜੇਲ੍ਹ ਚ ਵਾਰ ਨਹੀਂ ਆਇਆ ਜੀ ਤੇ ਢਿਲੋਸਾਵਾ ਗਾਂ ਫਿਰ ਰਾਜਪਾਲ ਵਾਲਾ ਚੈਪਟਰ ਵੀ ਖੁੱਲ ਜਾਂਦਾ ਜੀ ਰਾਜਪਾਲ ਹੋਰਾਂ ਨੇ ਕਹਿੰਦੇ ਤਿੰਨ ਬਿੱਲਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜੀ ਇਹਦਾ ਕਾਰਨ ਐ ਦਿਲਵੀਰ ਜੀ ਅਸਲ ਦੇ ਵਿੱਚ ਇਹ ਐ ਕਿ ਰਾਜਪਾਲ ਸਾਹਿਬ ਨੇ ਜਿਹੜਾ ਬਜਟ ਸੈਸ਼ਨ ਸੀ ਬਜਟ ਸੈਸ਼ਨ ਦੀ ਮਨਜ਼ੂਰੀ ਦੇਣ ਦੇ ਰਾਹ ਵਿੱਚ ਕੁਝ ਅੜਿੱਕੇ ਪਾਤੇ ਸੀ ਜੀ ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਕਿ ਭਾਈ ਤੁਹਾਡਾ ਬਜਟ ਸੈਸ਼ਨ ਜਿਹੜਾ ਹੈਗਾ ਤੁਸੀਂ ਇੱਥੇ ਕੀ ਕਰੋਗੇ ਉੱਥੇ ਜਿਹੜਾ ਬਜਟ ਸੈਸ਼ਨ ਹੋਣਾ ਸੀ ਜੀ ਉਹ ਇਹਨਾਂ ਦਾ ਬਜਟ ਸੈਸ਼ਨ ਚੱਲਦਾ ਸੀ ਫਿਰ ਇਹਨਾਂ ਨੇ ਇੱਕ ਹੋਰ ਸੈਸ਼ਨ ਕਰਨਾ ਸੀ ਉਹਦੇ ਵਾਸਤੇ ਵੀ ਇਹਨਾਂ ਨੇ ਪ੍ਰਵਾਨਗੀ ਲਈ ਜਿਸ ਕੰਮ ਵਾਸਤੇ ਪ੍ਰਵਾਨਗੀ ਲਈ ਸੀ ਤੇ ਕੰਟੀਨਿਊ ਕਰਤਾ ਉਹ ਸੈਸ਼ਨ ਜੀ ਜਿਹੜਾ ਹੁੰਦਾ ਨਾ ਸੈਸ਼ਨ ਉਠਾਉਣਾ ਹੁੰਦਾ ਹੈ ਉਠਾਇਆ ਨਹੀਂ ਉਹਨੂੰ ਮੁਲਤ ਵੀ ਕਰਤਾ ਜੀ ਇਹ ਮਲਤਵੀ ਕਰਕੇ ਹੁਣ ਉਹ ਕਹਿੰਦੇ ਜੀ ਇਹ ਮਲਤਵੀ ਕੀਤਾ ਹੋਇਆ ਸੀ ਤੇ ਸੈਸ਼ਨ ਨੂੰ ਗਵਰਨਰ ਤੋਂ ਪ੍ਰਵਾਨਗੀ ਲੈਣ ਦੀ ਲੋੜ ਹੀ ਕੋਈ ਨਹੀਂ ਤੇ ਅਸੀਂ ਆਪਣਾ ਸੈਸ਼ਨ ਫੇਰ ਬੁਲਾ ਲਿਆ ਜੀ ਗਵਰਨਰ ਨੇ ਕਿਹਾ ਕਿ ਕਿਉਂਕਿ ਜਿਹੜਾ ਤੁਹਾਡਾ ਉਹ ਸੈਸ਼ਨ ਸੀ ਬਜਟ ਸੈਸ਼ਨ ਬਜਟ ਸੈਸ਼ਨ ਤੋਂ ਬਾਅਦ ਫਿਰ ਮਾਨਸੂਨ ਸੈਸ਼ਨ ਆਉਂਦਾ ਤੇ ਫਿਰ ਆਉਂਦਾ ਵਿੰਟਰ ਸੈਸ਼ਨ ਜੀ ਮਾਨਸੂਨ ਵੀ ਲੰਗੀ ਹੈ ਤੇ ਤੁਹਾਡਾ ਮਾਨਸੂਨ ਵਾਲਾ ਸੈਸ਼ਨ ਵੀ ਨਹੀਂ ਹੈ ਤੁਸੀਂ ਉਸੇ ਨੂੰ ਗਾਗਾ ਤੁਰਿਆ ਇਹਨੂੰ ਇਹ ਗੱਲ ਠੀਕ ਨਹੀਂ ਜੀ ਤੁਸੀਂ ਇਹ ਕਰੋ ਕਿ ਇਹਨੂੰ ਸੈਸ਼ਨ ਨੂੰ ਉਠਾਓ ਮੈਥੋਂ ਪ੍ਰਵਾਨਗੀ ਮੰਗੋ ਮੈਂ ਪ੍ਰਵਾਨਗੀ ਨਾਲ ਦੀ ਨਾਲ ਤੁਹਾਨੂੰ ਦੇ ਦੂੰਗਾ ਜੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਹਿੰਦੇ ਸੀ ਪਰਵਾਨਗੀ ਤੁਹਾਨੂੰ ਦੇ ਦੇਵਾਂਗੇ ਤੇ ਤੁਸੀਂ ਆਪਣਾ ਸੈਸ਼ਨ ਜਿਹੜਾ ਉਹ ਕੰਪਲੀਟ ਕਰ ਲਓ ਜੀ ਕੰਮ ਆਵਦਾ ਮੁਕਾ ਲਓ ਇਹਨਾਂ ਨੇ ਅੜ ਗਈ ਕਹਿੰਦੇ ਜੀ ਨਹੀਂ ਸੈਸ਼ਨ ਸਮਨ ਕਰ ਲਿਆ ਔਰ ਇਸੇ ਸਮੇਂ ਦੌਰਾਨ ਰਾਜਪਾਲ ਨੇ ਇੱਕਲ ਸ਼ਾਮੀ ਥ੍ਰੈਟ ਦਿੱਤੀ ਜੀ ਕਿ ਜੇ ਤੁਸੀਂ ਇਹ ਸੈਸ਼ਨ ਕਰੋਗੇ ਇਹ ਸੈਸ਼ਨ ਗੈਰਕਾਨੂੰਨੀ ਹੈ ਜੀ ਔਰ ਇਸ ਸੈਸ਼ਨ ਦੇ ਦੌਰਾਨ ਜਿਹੜੇ ਕੰਮ ਹੋਣਗੇ ਉਹ ਸਾਰੇ ਗੈਰਕਾਨੂੰਨੀ ਹੋਣਗੇ ਜੀ ਤੇ ਜੇ ਤੁਸੀਂ ਇਹ ਗੱਲ ਕਰੋਗੇ ਤਾਂ ਮੈਂ ਫਿਰ ਤੁਹਾਡੀ ਕੰਪਲੇਂਟ ਹੈ ਜਿਹੜੀ ਆਪਣੀ ਚਿੱਠੀ ਹੈ ਜਿਹੜੀ ਸਫਾਰਿਸ਼ ਹੈ ਉਹ ਭੇਜੂਗਾ ਗਵਰਨਰ ਆਪਣਾ ਰਾਸ਼ਟਰਪਤੀ ਕੋਲ ਜੀ ਆ ਰਾਸ਼ਟਰਪਤੀ ਕੋਲ ਭੇਜਣ ਦਾ ਮਤਲਬ ਇਹ ਹੈ ਕਿ ਸਰਕਾਰ ਕਨਸਟੀਟਿਊਸ਼ਨ ਦੇ ਮੁਤਾਬਕ ਨਹੀਂ ਚੱਲਦੀ ਜੀ ਜੇ ਸਰਕਾਰ ਕਨਸਟੀਟਿਊਸ਼ਨ ਦੇ ਮੁਤਾਬਕ ਨਾ ਚੱਲੇ ਤੇ ਸਰਕਾਰ ਨੂੰ ਸਸਪੈਂਡ ਵੀ ਕੀਤਾ ਜਾ ਸਕਦਾ ਹੈ ਜੀ ਸਰਕਾਰ ਨੂੰ ਡਿਸਮਿਸ ਵੀ ਕੀਤਾ ਜਾ ਸਕਦਾ ਹੈ ਜੀ 355 ਤੇ 356 ਦੋ ਤਰ੍ਹਾਂ ਹੈ ਜੀ ਜਿਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਹਾਲਾਂਕਿ ਐ ਸਰ ਬਮਈ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਸੀ ਕਿ 356 ਛੇਤੀ ਕੀਤੇ ਇਸਤੇਮਾਲ ਨਹੀਂ ਹੋ ਸਕਦੀ ਤੇ ਇੱਕ ਦੋ ਥਾਵਾਂ ਤੇ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਜਿਵੇਂ ਕਿ ਆਪਾਂ ਦੇਖੀਏ ਉਤਰਾਖੰਡ ਜੀ ਉੱਥੇ ਇਹਨਾਂ ਨੇ ਕੁਝ ਇਸ ਕਿਸਮ ਦੇ ਕੰਮ ਕੀਤੇ ਸੀ ਸੁਪਰੀਮ ਕੋਰਟ ਨੇ ਉਹ ਰੱਦ ਕਰਤਾ ਸੀ ਔਰ ਪੁਰਾਣੀ ਜਿਹੜਾ ਸਿਸਟਮ ਹੈ ਉਹ ਜਿਵੇਂ ਬਹਾਲ ਕਰਤਾ ਸੀ ਜੀ ਇੱਥੇ ਰਾਜਪਾਲ ਸਾਹਿਬ ਇਹੀ ਚਾਹੁੰਦੇ ਸੀ ਕਿ ਤੁਸੀਂ ਰਹਿਣ ਦਿਓ ਪਰ ਇਹ ਕਹਿੰਦੇ ਨਿੰਜੀ ਅਸੀਂ ਤਾਂ ਕਰਨੇ ਜੀ ਇਹਨਾਂ ਨੇ ਜਿਹੜੇ ਇਹਦੇ ਚ ਤਿੰਨ ਬਿੱਲ ਪਾਸ ਕਰਵਾਉਣੇ ਸੀ ਜੀ ਉਹਨਾਂ ਬਿੱਲਾਂ ਨੂੰ ਪਾਸ ਕਰਵਾਉਣ ਵਾਸਤੇ ਪ੍ਰਵਾਨਗੀ ਲੈਣੀ ਸੀ ਕਿਉਂ ਮਨੀ ਬਿੱਲ ਹੈ ਜੀ ਬਾਕੀ ਬਿੱਲਾਂ ਤਾਂ ਅਸੀਂ ਸਿੱਧਾ ਲੈ ਕੇ ਆ ਜਾਂਦੇ ਹਾਂ ਅਦਾਲਤ ਆਪਣਾ ਤੁਹਾਡਾ ਸੈਸ਼ਨ ਦੇ ਵਿੱਚ ਜੀ ਪਰ ਜਿਹੜੇ ਮਨੀ ਬਿੱਲ ਹੁੰਦੇ ਆ ਮਨੀ ਬਿੱਲਾਂ ਦੀ ਗਵਰਨਰ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਜੀ ਹੁਣ ਜੇ ਆਪਾਂ ਦੇਖੀਏ ਇਹ ਜਿਹੜੇ ਬਿੱਲ ਹੈ ਇਹ ਬਿੱਲ ਹੈ ਕੀ ਕਾਦੇ ਵਾਸਤੇ ਕਾਨੂੰਨ ਕੀ ਬਣਾਉਣੇ ਸੀ ਐਮੈਂਡਮੈਂਟ ਹੈ ਜੀ ਇੱਕ ਤਾਂ ਹੈ ਜੀ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਇਹ ਸੋ ਬਿੱਲ ਬਿੱਲ ਹੈ ਜੀ ਬਿੱਲ 2023 ਦੂਜਾ ਹੈਗਾ ਪੰਜਾਬ ਗoods ਐਂਡ ਸਰਵਿਸਸਸ ਟੈਕਸ ਸੋਧ ਬਿੱਲ 2023 ਜੀ ਆਹ ਜਿਹੜਾ ਨਾ ਇਹਨੂੰ ਆਪਾਂ GST ਵਾਲਾ ਕਹਿੰਦੇ ਆ ਜੀ ਇਹ GST ਵਾਲਾ ਜਿਹੜਾ ਬਿੱਲ ਹੈ ਇਹ ਤੋਂ ਪਹਿਲਾਂ GST ਵਾਲੇ ਇਹਦੇ ਵਿੱਚ ਅਮੈਂਡਮੈਂਟ ਕੀਤੀ ਜਾਵੇ ਐਕਟ ਦੇ ਵਿੱਚ ਜੀ ਇਹਦੇ ਵਾਸਤੇ ਪਹਿਲਾਂ GST ਕੌਂਸਲ ਨੇ ਫੈਸਲਾ ਕੀਤਾ ਜੀ ਉਹ ਫੈਸਲਾ ਕਰਕੇ ਸਰਕਾਰ ਨੂੰ ਭੇਜਿਆ ਸਰਕਾਰ ਨੇ ਫਿਰ ਉਹਦੇ ਤੇ ਪਾਰਲੀਮੈਂਟ ਤੇ ਜਰ ਕੇ ਐਕਟ ਬਣਾਇਆ ਕਿਉਂਕਿ ਇਹ ਸੈਂਟਰ ਤੇ ਸਟੇਟ ਸਾਂਝੀ ਸੂਚੀ ਜਾਂਦਾ ਕੰਮ ਜੀ ਇਸ ਵਾਸਤੇ ਇਹ ਬਖਵਕ ਵਿਧਾਨ ਸਭਾਵਾਂ ਦੇ ਵਿੱਚੋਂ ਵੀ ਪਾਸ ਹੋਣਾ ਜ਼ਰੂਰੀ ਹੈ ਜੁਲਾਈ ਮਹੀਨੇ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ ਸੀ ਪਾਰਲੀਮੈਂਟ ਵੱਲੋਂ ਔਰ ਥੱਲੇ ਭੇਜਤਾ ਸੀ ਜੀ ਜੁਲਾਈ ਤੋਂ ਬਾਅਦ ਵੀ ਸੈਸ਼ਨ ਹੋਇਆ ਜਾਂ ਜੁਲਾਈ ਤੋਂ ਬਾਅਦ ਨਹੀਂ ਸੈਸ਼ਨ ਨਹੀਂ ਹੋਇਆ ਜੁਲਾਈ ਤੋਂ ਬਾਅਦ ਇਹ ਪਹਿਲਾਂ ਹੀ ਕਰਵਾ ਲੈਣਾ ਚਾਹੀਦਾ ਕਿਉਂਕਿ ਇਹਨੇ ਲਾਗੂ ਹੋਣਾ ਜਿਹੜਾ ਇਸ ਕਾਨੂੰਨ ਨੇ ਉਹ 1 ਨਵੰਬਰ ਤੋਂ ਹੋ ਜਾਣਾ ਸੀ ਜੀ ਤੇ ਅੱਜ ਨਵੰਬਰ ਹੋਊਗਾ ਕਿ ਨਾ ਜੀ 1 ਇਕਤੂਬਰ ਸੌਰੀ ਇਕਤੂਬਰ ਨੰਬਰ ਨੇ 1 ਇਕਤੂਬਰ ਤੋਂ ਹੋਣਾ ਸੀ ਅੱਜ ਵੀ 1 ਇਕਤੂਬਰ ਹੋ ਗਿਆ 20 ਦਿਨ ਉੱਤੋਂ ਦੀ ਟੱਪ ਗਏ ਜੀ ਗਵਰਨਰ ਸਾਹਿਬ ਕਹਿੰਦੇ ਵੀ ਤੁਸੀਂ 20 ਦਿਨ ਪਹਿਲਾਂ ਕਿਉਂ ਨਹੀਂ ਕਰਵਾਇਆ ਜੀ ਉਹਨਾਂ ਨੇ ਇਹ ਵੀ ਗੱਲ ਕਰਤੀ ਦੂਜਾ ਬਿੱਲ ਇਹ ਆ ਗਿਆ ਸੀ ਮਤਲਬ ਇਹਨਾਂ ਨੇ ਸਮੇਂ ਸਿਰ ਉਹਨੂੰ ਕਰਵਾਇਆ ਨਹੀਂ ਜੇ ਪਹਿਲਾਂ ਸੈਸ਼ਨ ਬੁਲਾ ਲੈਂਦੇ ਤਾਂ ਹੋ ਜਾਂਦਾ ਜੀ ਅਰ ਤੀਜਾ ਜਿਹੜਾ ਸੀ ਮਣੀ ਬਿੱਲ ਉਹ ਹੈਗਾ ਜੀ ਹਾਂ ਭਾਰਤੀ ਸਟੈਂਪ ਜੀ ਪੰਜਾਬ ਸੋਧ ਬਿੱਲ 2023 ਇਹ ਸ਼ਾਮਲ ਸੀ ਜੀ ਇਹ 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 ਵੀ ਨਹੀਂ ਇਹਨਾਂ ਨੇ ਪਾਸ ਕਰਵਾਇਆ ਹੁਣ ਜਿਹੜੇ ਇਹੋ ਜਿਹੇ ਬਿੱਲ ਮਣੀ ਬਿੱਲ ਪਾਸ ਨਹੀਂ ਕਰਵਾਏ ਤੇ ਉਹਨਾਂ ਨੂੰ ਪਾਸ ਕਰਵਾਉਣ ਤੋਂ ਬਗੈਰ ਗਵਰਨਰ ਸਾਹਿਬ ਨੇ ਕਹਿਤਾ ਵੀ ਨਹੀਂ ਇਹ ਨਹੀਂ ਹੋਣਗੇ ਜੀ ਇੱਥੇ ਹੁਣ ਆਪਾਂ ਨੂੰ ਦੇਖਣਾ ਪੈਣਾ ਕਿ ਥੋੜੀ ਜੀ ਇਹਨਾਂ ਨੇ ਤੇਜ਼ੀ ਕੀਤੀ ਸੀ ਸ਼ਰਾਰਤ ਕੀਤੀ ਸੀ ਜੀ ਸ਼ਰਾਰਤ ਕੀ ਕੀਤੀ ਕਿ ਜਿਹੜੇ ਕੇਂਦਰ ਦੇ ਬਿੱਲ ਹੈ ਜਿਹੜੇ ਪਾਰਲੀਮੈਂਟ ਨੇ ਪਾਸ ਕੀਤੇ ਹੈ ਜੀ ਗਵਰਨਰ ਸਾਡੇ ਬਿੱਲਾਂ ਨੂੰ ਤਾਂ ਇਗਨੋਰ ਕਰ ਦੂਗੇ ਤੇ ਉਹਨਾਂ ਨੂੰ ਕਿਵੇਂ ਇਗਨੋਰ ਕਰੂਗਾ ਜੀ ਲੇਕਿਨ ਗਵਰਨਰ ਨੇ ਕੋਈ ਸੈਸ਼ਨ ਨੂੰ ਹੀ ਗੈਰ ਕਾਨੂੰਨੀ ਘਰ ਕਰ ਦੇਤਾ ਤੇ ਜੇ ਜਦੋਂ ਨੇ ਸੈਸ਼ਨ ਨੂੰ ਗੈਰ ਕਾਨੂੰਨੀ ਘਰਰ ਦਿੱਤਾ ਤੇ ਉਸ ਸੈਸ਼ਨ ਵੱਲੋਂ ਪਾਸ ਕੀਤੇ ਹੋਏ ਬਿੱਲਾਂ ਨੂੰ ਉਹ ਪ੍ਰਵਾਨਗੀ ਕਿਵੇਂ ਦੇਊਗਾ ਬਿਲਕੁਲ ਜੀ ਉਹ ਨੇੜ ਕਾੜਾ ਤਾਂ ਅੜਿਕਾ ਰੋਂ ਦਾ ਨਤੀਜਾ ਇਹ ਹੋਇਆ ਕਿ ਸਵੇਰੇ ਪਾਰਲੀਅਮੈਂਟ ਅਸੈਂਬਲੀ ਜੁੜ ਗਈ ਜੀ ਅਸੈਂਬਲੀ ਚ ਵਿਛੜੇ ਆਗੂਆਂ ਨੂੰ ਤੇ ਸ਼ਕਸ਼ੀਏ ਤੁਨੋ ਸ਼ਰਧਾਂਜਲੀ ਵੀ ਭੇਟ ਕਰਤੀ ਜੀ ਔਰ ਸ਼ਰਧਾਂਜਲੀ ਭੇਟ ਕਰਦੇ ਉਤੇ ਜਿਹੜਾ ਹੈਗਾ 16 ਜੋ ਆਪਣਾ ਸਮਾਂ ਵੀ ਸ਼ੁਰੂ ਹੋ ਗਿਆ ਜੀ ਉਹਦੇ ਵਿੱਚ ਕੁਝ ਸਵਾਲ ਵੀ ਉਠਾਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਬੜੇ ਜਿਹੜੇ ਗੁੰਝਲਦਾਰ ਸਵਾਲ ਜਿਨ੍ਹਾਂ ਸਰਕਾਰ ਫਸਦੀ ਸੀ ਜੀ ਤੇ ਉਹਨਾਂ ਸਵਾਲਾਂ ਦਾ ਉੱਤਰ ਦੇਣ ਦੀ ਬਜਾਏ ਕਹਿੰਦੇ ਵੀ ਵਿਚਾਰ ਵੀ ਛੱਡ ਕੇ ਫਿਰ ਕਹਿੰਦੇ ਜੀ ਹੁਣ ਅਸੀਂ ਸੁਪਰੀਮ ਕੋਰਟ ਜਾਵਾਂਗੇ ਜੀ ਸੁਪਰੀਮ ਕੋਰਟ ਤੋਂ ਪ੍ਰਵਾਨਗੀ ਲੈ ਕੇ ਆਵਾਂਗੇ ਤੇ ਫਿਰ ਅਸੀਂ ਦੁਬਾਰਾ ਸੈਸ਼ਨ ਕਰਾਂਗੇ ਇਹਦਾ ਮਤਲਬ ਹੈ ਕਿ ਸੈਸ਼ਨ ਨੇ ਸਰਕਾਰ ਦਾ ਇੱਕ ਕਿਸਮ ਦਾ ਆਪਾਂ ਕਹਿ ਦਈਏ ਜਿੰਨਾ ਜੇ ਕੱਢ ਕੇ ਰੱਖਦਾ ਜੀ ਬਿਲਕੁਲ ਜੀ ਤੇ ਅਗਲੀ ਖਬਰ ਭਾਰਤ ਦੇ ਪ੍ਰਧਾਨ ਮੰਤਰੀ ਹਰਾਂ ਦੀ ਹੈ ਜੀ ਮੋਦੀ ਨੂੰ ਕਹਿੰਦੇ ਬਦਨਾਮ ਕਰਨ ਲਈ ਮਊਆ ਮਿੱਤਰਾਂ ਨੇ ਅਡਾਨੀ ਤੇ ਸਾਧਿਆ ਸੀ ਨਿਸ਼ਾਨਾ ਦਰਸ਼ਨ ਹੀਰਾ ਨੰਦਾਨੀ ਦਾ ਇਹ ਕਹਿਣਾ ਜੀ ਇਹ ਗੱਲ ਕਿੱਧਰੋਂ ਜਾਂਦੀ ਹੈ ਜੀ ਅਸਲ ਦੇ ਵਿੱਚ ਇਹ ਹੈ ਕਿ ਜਿਹੜੀ ਮਊਆ ਮੋਇਤਰਾ ਹੈ ਮਊਆ ਮੋਇਤਰਾ ਜੀ ਜਦੋਂ ਇਹ ਪ੍ਰੀ ਸਕੂਲੀ এডਿਕੇਸ਼ਨ ਪੂਰੀ ਕਰ ਲਈ ਜੀ ਫਿਰ ਇਹ ਅਮਰੀਕਾ ਚ ਪੜਨ ਚਲੀ ਗਈ ਸੀ ਅਮਰੀਕਾ ਦੇ ਵਿੱਚੋਂ ਪੜ ਕੇ ਆਈ ਇਹ ਉਤੋਂ ਬਾਅਦ ਫਿਰ ਇਹ ਇਹ ਜਿਹੜੀ ਹੈਗੀ ਹੈ ਕਮਰਸ ਦੀ এডਿਕੇਸ਼ਨ ਹਾਸਲ ਕੀਤੀ ਹੈ ਜੀ ਇਹ ਬੈਂਕ ਬੈਂਕਰ ਹੈ ਕਿਸਮ ਦੀ ਬੈਂਕ ਨਾਲ ਜੁੜੀ ਹੋਈ ਸੀ ਇਨੇ ਫਿਰ ਉੱਥੇ ਨੌਕਰੀ ਵੀ ਕੀਤੀ ਪਰ ਉੱਥੋਂ ਫਿਰ ਨੌਕਰੀ ਤੋਂ ਦੇਲੇਦਬੰਦ ਪਰ ਗਿਆ ਤੇ ਵਾਪਸ ਆ ਕੇ ਇੰਡੀਆ ਦੇ ਵਿੱਚ ਤੇ ਇਨੇ ਰਾਜਨੀਤੀ ਜੁਆਇਨ ਕਰ ਲਈ ਰਾਜਨੀਤੀ ਜੁਆਇਨ ਕਰਨ ਤੋਂ ਬਾਅਦ ਪਹਿਲਾ ਇਹਨੇ ਲੜੀ ਵਿਧਾਨ ਸਭਾ ਦੀ ਚੋਣ ਜੀ ਮੇਰਾ ਖਿਆਲ ਹੈ ਵਿਧਾਨ ਸਭਾ ਦੀ ਚੋਣ 2016 ਚ ਹੋਈ ਸੀ ਉੱਥੇ ਬਣ ਗਈ ਐਮਐਲਏ ਐਮਐਲਏ ਬਣ ਤੋਂ ਬਾਅਦ ਤੇਜ਼ ਤਰਾਰ ਸੀ ਤਿੱਖੀ ਸੀ ਮਮਤਾ ਬੈਨਰਜੀ ਨੂੰ ਭਾਗੀ ਫਿਰ ਆ ਗਿਆ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਜੀ ਇਹਨੂੰ ਪਾਰਲੀਮੈਂਟ ਦੀ ਟਿਕਟ ਦਿੱਤੀ ਤੇ ਇਹ ਬੀਬੀ ਪਾਰਲੀਮੈਂਟ ਦੀ ਮੈਂਬਰ ਬਣ ਗਈ ਜੀ ਪਾਰਲੀਮੈਂਟ ਦੇ ਵਿੱਚ ਆ ਕੇ ਲੋਕ ਸਭਾ ਦੇ ਵਿੱਚ ਇਹਨੇ ਬੜੇ ਮਤਲਬ ਜਿਹੇ ਤਿੱਖੇ ਸਵਾਲ ਕਰਨੇ ਸ਼ੁਰੂ ਕਰਦੇ ਜੀ ਸਰਕਾਰ ਨੂੰ ਇਹ ਬੜੇ ਵਧੀਆ ਤਰੀਕੇ ਨਾਲ ਘੇਰਦੀ ਹੁੰਦੀ ਸੀ ਦਾ ਬੋਲਣ ਦਾ ਤੌਰ ਤਰੀਕਾ ਇਹ ਹੋ ਜਾ ਕਿ ਸਰਕਾਰ ਫਸੀ ਫਸੀ ਮਹਿਸੂਸ ਕਰਦੀ ਸੀ ਜੀ ਜ਼ਿੰਦਗੀ ਜਾਂ ਦੁਨੀਆਦਾਰੀ ਹੈ ਦੁਨੀਆਦਾਰੀ ਦੇ ਵਿੱਚ ਬੰਦੇ ਦਾ ਬੜਾ ਕੁਝ ਹੁੰਦਾ ਹੈ ਇਸੇ ਸਮੇਂ ਦੌਰਾਨ ਇਹਦੀ ਸੁਪਰੀਮ ਕੋਰਟ ਦੇ ਕਿਸੇ ਵਕੀਲ ਦੇ ਨਾਲ ਜੋ ਖਵਾਰਾਂ ਚ ਖਬਰਾਂ ਆਈਆਂ ਨੇ মিডিਆ ਚ ਦੋਸਤੀ ਹੋ ਗਈ ਜੀ ਉਹ ਦੋਸਤੀ ਹੋ ਗਈ ਤੇ ਦੋਸਤੀ ਇਹਨਾਂ ਦੀ ਚੱਲਦੀ ਰਹੀ ਜਦੋਂ ਆਪਾਂ ਦੋਸਤਾਂ ਖਾਣੇ ਤੇ ਹੁਣ ਆਪਾਂ ਮਾਈਕ ਤੇ ਬੈਠੇ ਆਂ ਜਦੋਂ ਆਪਾਂ ਪ੍ਰਾਈਵੇਟ ਲਾਈਫ ਦੇ ਵਿੱਚ ਬੈਠੇ ਆਂ ਮਗਿਆ ਆਪਾਂ ਕੋਈ ਚਾਹ ਪੀਂਦਾ ਕੋਈ ਵਿਸਕੀ ਪੀਂਦਾ ਕੋਈ ਕੁਝ ਪੀਂਦਾ ਡੋਡੀ ਆਪੋ ਆਪਣੇ ਸ਼ੌਕ ਹੁੰਦੇ ਜੀ ਉਹ ਸਾਰੇ ਮਤਲਬ ਜਿਹੜੇ ਹੈ ਜਿਹਦੀ ਇਹ ਇਹਨੂੰ ਆਪਾਂ ਕਹਾਂਗੇ ਹਾਇਰ ਸੋਸਾਇਟੀ ਹੈ ਜਿਹਦੀ ਜੀ ਭਲੇ ਜਿਹਨਾਂ ਨੂੰ ਆਪਾਂ ਕਹਾਂਗੇ ਬਹੁਤ ਅਮੀਰ ਲੋਕਾਂ ਦੀ ਜੀ ਉਹਦੇ ਵਿੱਚ ਇਹ ਸਾਰਾ ਕੁਝ ਚੱਲਦਾ ਹੈ ਰੋनाल्डੀ ਪ੍ਰਾਈਵੇਟ ਲਾਈਫ ਹੁੰਦੀ ਹੈ ਸਾਰਾ ਕੁਝ ਨੇ ਇਹ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਜਦੋਂ ਰਾਹੁਲ ਗਾਂਧੀ ਵੀ ਵਾਰੀ-ਵਾਰੀ ਅਡਾਨੀ ਦੇ ਉੱਤੇ ਅਟੈਕ ਕਰਦਾ ਹੁੰਦਾ ਸੀ ਜੀ ਤੇ ਜਿਹੜਾ ਨੇ ਆਖਰੀ ਅਟੈਕ ਕੀਤਾ ਸੀ ਪਾਰਲੀਮੈਂਟ ਦੇ ਵਿੱਚ ਉਹਦੇ ਚ ਉਹਨੇ ਇੱਕ ਫੋਟੋ ਦਿਖਾਈ ਸੀ ਕਿ ਆਹ ਫੋਟੋ ਦੇਖੋ ਜੀ ਪ੍ਰਧਾਨ ਮੰਤਰੀ ਦੀ ਸਾਂਝ ਕੀ ਹੈ ਅਡਾਨੀ ਦੇ ਨਾਲ ਜੀ ਤੇ ਜਹਾਜ਼ ਦੇ ਵਿੱਚ ਪਿਛਲੀ ਉਹਨੇ ਜਹਾਜ਼ ਵਾਲੀ ਫੋਟੋ ਦਿਖਾ ਦਿੱਤੀ ਕਿ ਆਹ ਜਹਾਜ਼ ਦੇ ਵਿੱਚ ਇਕੱਠੇ ਸਫ਼ਰ ਕਰ ਰਹੇ ਹੈ ਜੀ ਇਹਨਾਂ ਦੀ ਸਾਂਝ ਆ ਫਿਰ ਉਹ ਨਹੀਂ ਦੱਸ ਸਕ ਸੀ ਕਿ ਜਿਹੜੀ ਇਹਨਾਂ ਦੀ ਦੌਲਤ ਦੇ ਵਿੱਚ ਵਾਧਾ ਹੋਇਆ ਉਹ ਦੌਲਤ ਦੇ ਵਿੱਚ ਕਿਵੇਂ ਵਾਧਾ ਹੋਇਆ ਕਿਵੇਂ ਮਤਲਬ ਜਿਹੜਾ ਹੈਗਾ ਸਟੇਟ ਸੈਕਟਰ ਨੂੰ ਚੂਨਾ ਲਾਇਆ ਲੋਕਾਂ ਨੂੰ ਚੂਨਾ ਲਾਇਆ ਔਰ ਇਹ ਸਾਰਾ ਕੁਝ ਕਿਉਂ ਹੋਇਆ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਦਾ ਉਹ ਦੋਸਤ ਹੈ ਜੀ ਇਹ ਉਹਨੇ ਬੜੀ ਧੂਆਂ ਧਾਰ ਤਕਰੀਰ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਵੀ ਉਹਦੇ ਨਾਲ ਹੋਇਆ ਕੀ ਸੀ ਜੀ ਇੱਕ ਪੁਰਾਣਾ ਕੇਸ ਉਹਦੇ ਖਿਲਾਫ ਚੱਲਦਾ ਸੀਗਾ ਮਾਨਹਾਨੀ ਦਾ ਗੁਜਰਾਤ ਦੇ ਸੂਰਤ ਵਿੱਚ ਔਰ ਉਸ ਕੇਸ ਦਾ ਫੈਸਲਾ ਕਰਵਾਇਆ ਗਿਆ ਬੜੀ ਤੇਜ਼ੀ ਨਾਲ ਜੀ ਮਾਨਹਾਨੀ ਦੇ ਕੇਸ ਦੇ ਵਿੱਚ ਬੰਦੇ ਨੂੰ 2 ਸਾਲ ਦੀ ਕੈਦ ਹੋ ਸਕਦੀ ਹੈ ਜੀ ਤੇ ਪੂਰੀ ਦੀ ਪੂਰੀ 2 ਸਾਲ ਦੀ ਕੈਦ ਹੋਗੀ ਸਾਡਾ ਜਿਹੜਾ ਪੀਪਲ ਜੀ ਰਿਪ੍ਰੈਜ਼ੈਂਟੇਟਿਵ ਐਕਟ ਹੈ ਜੀ ਉਸ ਐਕਟ ਦੇ ਵਿੱਚ ਇਹ ਪ੍ਰਬੰਧ ਕੀਤਾ ਹੈ ਕਿ ਅਗਰ ਕਿਸੇ ਬੰਦੇ ਨੂੰ ਕਿਸੇ ਅਪਰਾਧਿਕ ਮਾਮਲੇ ਦੇ ਵਿੱਚ ਕੈਦ ਹੋ ਜੇ ਜੀ ਤੇ ਕੈਦ ਜਿਹੜੀ ਹੈ 2 ਸਾਲ ਜਾਂ 2 ਸਾਲ ਤੋਂ ਵੱਧ ਹੋਵੇ ਤਾਂ ਉਹ ਬੰਦਾ 6 ਸਾਲ ਉਹ ਜਿਹੜੀ ਉਹਦੀ ਮੈਂਬਰੀ ਹੈ ਉਹ ਖਤਮ ਹੋ ਜੂਗੀ ਜੀ ਔਰ ਅਗਲੇ 6 ਸਾਲ ਤੱਕ ਉਹ ਚੋਣ ਨਹੀਂ ਲੜ ਸਕਦਾ ਤੇ ਨਾਲ ਜਿੰਨੀ ਉਹਨੂੰ ਕੈਦ ਹੋਈ ਹੈ ਵਿੱਚ ਉਹ ਜੁੜ ਜੂ ਜੀ ਭਾਵ ਜੇ ਹੁਣ ਉਹ ਕੈਦ ਬਰਕਰਾਰ ਰਹਿ ਜਾਂਦੀ ਹੈ ਤਾਂ ਰਾਹੁਲ ਗਾਂਧੀ ਅਗਲੇ 8 ਸਾਲ ਚੋਣ ਨਹੀਂ ਲੜ ਸਕਦਾ ਜੇ ਫੈਸਲਾ ਕਰਵਾਤਾ ਪਰ ਉਹ ਕਿਉਂਕਿ ਕਿਸ ਕਮਜ਼ੋਰ ਹੈ ਬੜੀ ਉਹਨੇ ਹੋ ਜਾ ਰਹੇ ਉਹਨੂੰ 2 ਸਾਲ ਦੀ ਕੈਦ ਕਿਉਂ ਕਰਵਾਈ ਜਿਸ ਕਰਕੇ ਕਰਵਾਈ ਕਿ ਜੇ 2 ਸਾਲਾਂ ਤੋਂ 1 ਦਿਨ ਦੀ ਵੀ ਘੱਟ ਕੈਦ ਹੋਗੀ ਤਾਂ ਫਿਰ ਉਹਨੇ ਉਹਦੀ ਜਿਹੜੀ ਮੈਂਬਰੀ ਹੈ ਉਹਨੇ ਸਮਾਪਤ ਨਹੀਂ ਹੋਣਾ ਸੀ ਮੈਂਬਰੀ ਸਮਾਪਤ ਕਰਾਉਣ ਵਾਸਤੇ ਸਾਰਾ ਕੁਝ ਕੀਤਾ ਸੀ ਉਸ ਤੋਂ ਬਾਅਦ ਆਪਾਂ ਨੂੰ ਪਤਾ ਫਿਰ ਉਹਨੇ ਸੈਸ਼ਨ ਕੋਰਟ 'ਚ ਅਪੀਲ ਕੀਤੀ ਉਹ ਥੋੜਾ ਹੱਥ ਨਹੀਂ ਮਿਲੀ ਹਾਈ ਕੋਰਟ 'ਚ ਅਪੀਲ ਕੀਤੀ ਉਹ ਥੋੜਾ ਹੱਥ ਨਹੀਂ ਮਿਲੀ ਸਪਰੀਮ ਕੋਰਟ ਚ ਗਿਆ ਸਪਰੀਮ ਕੋਰਟ ਦੇ ਵਿੱਚ ਉਹਦੀ ਸਜ਼ਾ ਸਸਪੈਂਡ ਹੋ ਗਈ ਸੀ ਜੀ ਪਰ ਸਪਰੀਮ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਸੀ ਆਪਣੇ ਫੈਸਲੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹੇਠਲੀ ਅਦਾਲਤ ਨੇ ਆਰਡਰ ਲਿਖਣ ਦੇ ਲਈ ਤਾਂ ਸੈਂਕੜੇ ਕਾਗਜ਼ ਖਰਾਬ ਕਰਤੇ ਜੀ ਪਰ ਉਹਨੂੰ ਉਹਦੀ ਜਿਹੜੀ ਸਜ਼ਾ ਸਸਪੈਂਡ ਕਿਉਂ ਨਹੀਂ ਕੀਤੀ ਜਾਂਦੀ ਇਹਦਾ ਕਾਰਨ ਨਹੀਂ ਦੱਸਿਆ ਕੋਈ ਜੀ ਕਿ ਜਿਹੜਾ ਉਹਦਾ ਰਾਈਟ ਬਣਦਾ ਹੈ ਉਹਦਾ ਕਾਰਨ ਨਹੀਂ ਦੱਸਿਆ ਕੋਈ ਜੀ ਉਹ ਇਹੀ ਜਿਵੇਂ rahul gandhi ਪੈਂਦਾ ਹੁੰਦਾ ਸੀ ਸਰਕਾਰ ਨੂੰ ਓਵੇਂ ਜਿਵੇਂ maua mohotra ਵੀ ਪੈਂਦੀ ਹੁੰਦੀ ਸੀ ਜੀ ਹੁਣ ਉਹ ਵਕੀਲ ਸਾਹਿਬ ਦੇ ਨਾਲ ਜਿਹੜੇ ਰਿਸ਼ਤੇ ਸੀ ਉਹ ਖਰਾਬ ਹੋ ਗਏ ਜੀ ਇੱਕ ਦੂਜੇ ਦੇ ਉੱਤੇ ਮਤਲਬ ਜੇ ਦੋ ਬੰਦਿਆਂ ਦੇ ਰਿਸ਼ਤੇ ਖਰਾਬ ਹੋ ਜਾਣ ਤੇ ਫਿਰ ਤੁਹਾਨੂੰ ਪਤਾ ਵੀ ਵਿਰੋਧ ਪੈਦਾ ਹੋ ਜਾਂਦਾ ਹੈ ਜੀ ਤੇ ਇਹ ਵਿਰੋਧ ਫਿਰ ਕਿਸੇ ਸਟੇਜ ਦੇ ਉੱਤੇ ਜਾ ਕੇ ਦੁਸ਼ਮਨਾ ਵਾਲਾ ਬਣ ਜਾਂਦਾ ਹੈ ਜੀ ਇਹਨੇ ਮੋਮੋ ਮੋਟਰ ਨਾਲ ਉਹਦੇ ਖਿਲਾਫ ਕੰਪਲੇਂਟ ਸ਼ੁਰੂ ਕਰਤੀਆਂ ਪੁਲਿਸ ਕੋਲੇ ਦੇਣੀਆਂ ਜੀ ਉਹਨੇ ਇੱਕ ਸੀਬੀਆਈ ਨੂੰ ਕੰਪਲੀਟ ਕਰਤੀ ਜੀ ਸੀਬੀਆਈ ਨੂੰ ਜਿਹੜੀ ਉਹਨੇ ਕੰਪਲੇਂਟ ਕੀਤੀ ਉਹਨੇ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਜਿਹੜੀ ਇਹ ਅਡਾਨੀ ਦੇ ਖਿਲਾਫ ਸਵਾਲ ਪੁੱਛਦੀ ਹੁੰਦੀ ਸੀ ਜੀ ਜਾਂ ਅਡਾਨੀ ਦੇ ਖਿਲਾਫ ਇਹ ਬੀਬੀ ਬੋਲਦੀ ਹੁੰਦੀ ਸੀ ਜੀ ਅਸਲ ਦੇ ਵਿੱਚ ਅਡਾਨੀ ਦੇ ਬਹਾਨੇ ਇਹ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਦੀ ਖਤਰ ਸਾਰਾ ਕੰਮ ਕਰਦੀ ਸੀ ਜੀ ਕਿਉਂਕਿ ਟਾਰਗੇਟ ਪ੍ਰਧਾਨ ਮੰਤਰੀ ਹੁੰਦਾ ਸੀ ਜੀ ਦੂਜੀ ਗੱਲ ਜਿਹੜੀ ਉਹਨੇ ਕਹੀ ਉਹਨੇ ਗੱਲ ਕਹੀ ਕਿ ਇਹ ਜਿਹੜੇ ਹੈ ਨਾ ਆਪਣੀ ਤੁਹਾਡੀ ਸਵਾਲ ਪੁੱਛੇ ਜਾਂਦੇ ਸੀ ਜੀ ਇਹ ਮਾਇਕ ਮਦਦ ਲੈ ਕੇ ਪੈਸੇ ਲੈ ਕੇ ਜਾਂ ਕੋਈ ਨਾ ਕੋਈ ਗਿਫਟ ਵਗੈਰਾ ਲੈ ਕੇ ਇਕ ਹੋਰ ਜਿਹੜੇ ਹੈਗੇ ਮੋਦੀ ਦੇ ਬਰਾਬਰ ਆਪਣੇ ਅਡਾਨੀ ਦੇ ਬਰਾਬਰ ਦੇ ਕਾਰੋਬਾਰੀ ਜੀ ਉਹਨਾਂ ਤੋਂ ਲੈ ਕੇ ਸਾਰਾ ਕੁਝ ਕਰਦੀ ਸੀ ਜੀ ਚਲੋ ਉਹਨੇ ਜਦੋਂ ਇਹ ਗੱਲ ਉਹਨੇ ਕੰਪਲੇਂਟ ਦਿੱਤੀ ਤੇ ਉਹਨੇ ਫਿਰ ਇਹ ਸਾਰੀ ਦੀ ਸਾਰੀ ਕਾਰਵਾਈ ਨਿਸ਼ੀਕੇਤ ਦੁੱਬੇ ਇੱਕ ਬੀਜੇਪੀ ਦਾ ਪਾਰਲੀਮੈਂਟ ਦਾ ਮੈਂਬਰ ਉਹਨੂੰ ਦੱਸਦੀ ਜੀ ਨਿਸ਼ੀਕੇਤ ਦੁੱਬੇ ਨੇ ਉਹ ਸਾਰਾ ਕੁਝ ਜੋ ਉਹਨੇ ਦਿੱਤਾ ਸੀਗਾ ਆਪਣਾ ਸ਼ਿਕਾਇਤ ਦੇ ਵਿੱਚ ਜੋ ਮਟੀਰੀਅਲ ਸੀ ਉਸੇ ਮਟੀਰੀਅਲ ਦੇ ਆਧਾਰ ਦੇ ਉੱਤੇ ਆਪਣੇ ਵੱਲੋਂ ਚਿੱਠੀ ਲਿਖਤੀ ਸਪੀਕਰ ਸਾਹਿਬ ਨੂੰ ਤੇ ਮੰਨ ਕਰ ਲਈ ਕਿ ਇਹਨੂੰ ਜਿਹੜਾ ਹੈਗਾ ਡਿਸਕਵালিਫਾਈ ਕੀਤਾ ਜਾਵੇ ਦੀ ਮੈਂਬਰੀ ਖਤਮ ਕੀਤੀ ਜਾਵੇ ਜੀ ਉਸ ਮਾਮਲੇ ਤੇ ਸਪੀਕਰ ਸਾਹਿਬ ਨੇ ਇੱਕ ਜਿਹੜੀ ਕਮੇਟੀ ਬਣਾਈ ਐਥਿਕਸ ਕਮੇਟੀ ਤੇ ਉਹ ਐਥਿਕਸ ਕਮੇਟੀ ਹੁਣ 26 ਤਾਰੀਖ ਨੂੰ ਜਿਹੜੀ ਆਹੀ ਅਗਲੇ ਦਿਨਾਂ ਚ ਆਉਣੀ ਹੈ ਜੀ ਉਹਨੇ ਉਹਦੇ ਵਿੱਚ ਸੁਣਵਾਈ ਕਰਦੀ ਹੈ ਇਹ ਤਾਂ ਕਹਾਣੀ ਹੈਗੀ ਇਹਨਾਂ ਦੀ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਫਿਰ ਮਊਆ ਮੋਹਿਤਰਾ ਨੂੰ ਬਦਨਾਮ ਕਰਨ ਵਾਸਤੇ ਨੂੰ ਟਰੋਲ ਕਰਨਾ ਸ਼ੁਰੂ ਕਰਤਾ ਜੀ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰਾਈਵੇਟ ਲਾਈਫਸ ਦੀਆਂ ਤਸਵੀਰਾਂ ਸੀ ਉਹ ਅਪਲੋਡ ਕਰਦੇ ਉਹ ਪਾਤਿਕਾਂ ਬਹੁਤ ਵੱਡੇ ਪਦਰ ਦੇ ਉਤੇ ਜੀ ਕਿ ਉਹਦੀ ਬਦਨਾਮੀ ਹੋਵੀ ਖੈਰ ਉਹ ਡਟੀ ਨਹੀਂ ਇਹ ਜਿਹੜਾ ਇਲਜ਼ਾਮ ਲਾਇਆ ਸੀ ਇਹਨੇ ਆਪਣੇ ਨੇ ਨਿਸ਼ੀਕਾਂਤ ਦੂ ਬਨੇ ਜੀ ਉਹਦੇ ਵਿੱਚ ਉਹਨੇ ਕਿਹਾ ਸੀ ਕਿ ਮਊਆ ਮੋਤਰਾ ਇੱਕ ਜਿਹੜਾ ਹੈਗਾ ਗੁਜਰਾਤੀ ਕਾਰੋਬਾਰੀ ਹੈ ਜੀ ਔਰ ਉਹ ਗੁਜਰਾਤੀ ਕਾਰੋਬਾਰੀ ਦਾ ਨਾਮ ਹੈ ਦਰਸ਼ਨ ਹੀਰਾਨੰਦਾਨੀ ਜੀ ਇਹਨੇ ਦਰਸ਼ਨ ਹੀਰਾਨੰਦਾਨੀ ਤੋਂ ਬਹੁਤ ਕੁਝ ਲਿਆ ਵੈ ਜੀ ਉਹਨੇ ਕਹਤਾ ਵੀ ਬਿਲਕੁਲ ਕੋਈ ਬੇ ਬਕਵਾਸ ਕਰੀ ਜਾਂਦੇ ਕੋਈ ਅਸੀ ਗੱਲ ਹੀ ਨਹੀਂ ਹੈ ਜੀ ਜਦੋਂ ਇਹ ਗੱਲ ਕਹਿ ਦਿੱਤੀ ਤਾਂ ਹੁਣ ਹੀਰਾਨੰਦਾਨੀ ਦਾ ਇੱਕ ਜਿਹੜਾ ਹੈਗਾ ਡਾਕੂਮੈਂਟ ਸਾਹਮਣੇ ਆ ਗਿਆ ਉਹ ਡਾਕੂਮੈਂਟ ਇੱਕ ਚਿੱਠੀ ਹੈ ਜਾਂ ਇੱਕ ਨੋਟ ਹੈ ਉਸ ਨੋਟ ਦੇ ਉੱਤੇ ਉਹਦੇ ਦਸਖਤ ਹੈਗੇ ਜੀ ਉਹ ਕਹਿੰਦਾ ਹੈ ਕਿ ਹਾਂ ਮੈਂ ਥੋਏ ਬੈਨੀਫਿਟ ਲੈਂਦੀ ਹੁੰਦੀ ਸੀ ਜੀ ਔਰ ਇਹਨੇ ਮੈਨੂੰ ਆਪਣਾ ਜਿਹੜਾ ਹੈਗਾ ਪਾਸਵਰਡ ਵੀ ਦਿੱਤਾ ਹੋਇਆ ਸੀ ਜੀ ਔਰ ਪਾਰਲੀਮੈਂਟ ਦਾ ਲੌਗਨ ਵੀ ਦਿੱਤਾ ਹੋਇਆ ਸੀ ਜਿਹੜਾ ਉਹਨਾਂ ਦਾ ਹੁੰਦਾ ਅਕਾਊਂਟ ਵਗੈਰਾ ਜੀ ਉਹਦੇ ਨਤੀਜੇ ਵਜੋਂ ਮੈਂ ਸਾਰਾ ਮਟੀਰੀਅਲ ਜਿਹੜਾ ਮੈਂ ਮੋਹੂਆ ਮੋਹਤਰਾ ਬਲੋ ਮਤਲਬ ਸਿੱਧੇ ਸਵਾਲ ਬਣਾ ਕੇ ਤੇ ਪੋਸਟ ਕਰ ਦਿੰਦਾ ਸੀ ਜੀ ਇਹ ਹੁਣ ਉਹਨੇ ਲਿਖਤਾ ਇਹਦੇ ਤੇ ਹੁਣ ਪ੍ਰੋਡਕਟ ਸਿਆਪਾ ਪੈ ਗਿਆ ਕਿ ਜਿਹੜੇ ਬੰਦੇ ਤੇ ਦੋ ਇਲਜ਼ਾਮ ਲਾਉਂਦੇ ਸੀ ਜੇ ਉਹੀ ਸਲਤਾਨੀ ਗਵਾ ਬਣ ਗਿਆ ਜੀ ਫਿਰ ਫਿਰ ਮੋਹੂਆ ਮੋਹਤਰਾਸ ਤੇ ਕੰਬੜੀ ਔਖਾ ਹੋ ਜਾਣੇ ਜੀ ਔਰ ਜਿਹੜੀ 26 ਤਾਰੀਖ ਨੂੰ ਇਹਦੇ ਖਿਲਾਫ ਕਾਰਵਾਈ ਹੋਣੀ ਤੇ ਡਿਸਕਵਾਲਿਫਾਈ ਹੋ ਜਾਣੇ ਜੀ ਇਹਦੇ ਤੇ ਹੁਣ ਉੱਥੇ ਨਵਾਂ ਜਿਹੜਾ ਮਾਮਲਾ ਹੋਇਆ ਨਵਾਂ ਮਾਮਲਾ ਇਹ ਹੋਇਆ ਕਿ ਉਹ ਬੰਦਾ ਗੁਜਰਾਤੀ ਹੈ ਜੀ ਔਰ ਗੁਜਰਾਤਲਾ ਵੀ ਤੇ ਅੰਗਲਾ ਸਾਰੇ ਪਾਸੇ ਹੁੰਦੇ ਗਏ ਅਡਾਨੀ ਵੀ ਗੁਜਰਾਤੀ ਹੈ ਕੰਪੀਟੀਸ਼ਨ ਜ਼ਰੂਰ ਆ ਉਹਨਾਂ ਦਾ ਉਹਨਾਂ ਦੇ ਜਿਹੜੇ ਹੈਗੇ ਕਾਰੋਬਾਰ ਉਹ ਗੁਜਰਾਤ ਦੇ ਵਿੱਚ ਵੀ ਹੈ ਤੇ ਕਾਰੋਬਾਰ ਉਹਨਾਂ ਦਾ ਯੂਪੀ ਦੇ ਵਿੱਚ ਵੀ ਹੈ ਜੀ ਬਹੁਆ ਮੋਇਤਰਾ ਕਹਿੰਦੀ ਵੀ ਉਹਦੇ ਜਿਹੜੇ ਕਾਰੋਬਾਰ ਹੈ ਉਹਦੀਆਂ ਜਿਹੜੀ ਕੰਪਨੀ ਹੈ ਉਹਦੇ ਇੱਕ ਦੋ ਪ੍ਰੋਜੈਕਟਾਂ ਦਾ ਉਦਘਾਟਨ ਜਿਹੜਾ ਉਹ ਯੂਪੀ ਦੇ ਮੁੱਖ ਮੰਤਰੀ ਜੋਗੀ ਦਿੱਤਿਆਨਾਥ ਨੇ ਕੀਤਾ ਤੇ ਪ੍ਰਧਾਨ ਮੰਤਰੀ ਨੇ ਵੀ ਕੀਤਾ ਜੀ ਅਗਲੀ ਉਹਨੇ ਪੁਆਇੰਟ ਇਹ ਬਣਾਇਆ ਕਿ ਜੇ ਇਸ ਬੰਦੇ ਨੇ ਕੋਈ ਐਸੀ ਵੈਸੀ ਮਤਲਬ ਲਿਖ ਦੇਣੀ ਹੁੰਦੀ ਆਪਣੀ ਮਰਜ਼ੀ ਨਾਲ ਤਾਂ ਫਿਰ ਇਹ ਇੱਕ ਐਫੀਡੇਵਟ ਬਣਾਉਂਦਾ ਜੀ ਸਟਾਮ ਦੇ ਉੱਤੇ ਐਫੀਡੇਵਟ ਲਿਖਦਾ ਉਹਨੂੰ ਟੈਸਟ ਕਰਾਉਂਦਾ ਤੇ ਫਿਰ ਉਹ ਜਾਰੀ ਕਰ ਦਿਆ ਕਹਿੰਦੀ ਉਹ ਹੈ ਨਹੀਂ ਜੀ ਅਗਲੀ ਗੱਲ ਕਹਿੰਦੀ ਫਿਰ ਉਹ মিডিਆ ਦੇ ਕੋਲੇ ਸਾਹਮਣੇ ਗੱਲ ਕਰਦਾ ਜੀਡੀ ਆਲੀ ਗੱਲ ਵੀ ਹੈ ਨਹੀਂ ਉਹ ਕਹਿੰਦੀ ਵੀ ਜਿਹੜੀ ਇਸ ਕਿਸਮ ਦੀ ਲਿਖਤ ਹੈ ਤੇ ਜਾਰੀ ਕੀਤੀ ਹੈ ਲਿਖਤ ਇਹ ਲਿਖਤ ਕਿਵੇਂ ਬਣਦੀ ਹੈ ਜੀ ਜਦੋਂ ਕਹਿੰਦੀ ਤੁਹਾਡੇ ਸਿਰ ਨੂੰ ਲਾਇਆ ਹੋਵੇ ਹਥਿਆਰ ਗਨ ਪੁਆਇੰਟ ਜੀਰੋ ਪਰ ਪਿਸਤੌਲ ਕਹਿ ਦਈਏ ਜਾਂ ਬੰਦੂਕ ਕਹਿ ਦਈਏ ਜੀ ਉਹ ਲਾਈ ਹੋਵੇ ਤੇ ਉੱਥੇ ਜੋ ਮਰਜ਼ੀ ਰਖਾ ਲੂ ਤੇ ਵੈਸੇ ਇਸ ਵੇਲੇ ਗੰਨਾ ਲਾਉਣ ਦੀ ਤਾਂ ਲੋੜ ਹੀ ਨਹੀਂ ਈਡੀ ਵਧੂ ਹੈ ਜੀ ਅਗਲੇ ਨੂੰ ਬਲਾਉ ਤੇ ਉਹਨੂੰ ਦੱਸ ਦੋ ਭਾਈ ਈਡੀ ਵਾਲੇ ਆਉਣਗੇ ਜੇ ਈਡੀ ਵਾਲੇ ਕਹਿੰਦੇ ਨੇ ਕਿ ਭਾਈ ਜਿਵੇਂ ਕਹਿੰਦੇ ਆ ਉਵੇਂ ਕਰ ਲਾ ਨਹੀਂ ਫਿਰ ਤੇਰੇ ਨਾਲ ਹੋਣਾ ਕੀ ਹੈ ਕਿਉਂਕਿ ਈਡੀ ਤਾਂ ਹੁਣ ਇਹ ਆ ਵੀ ਈਡੀ ਜਿਹੜੀ ਜਿਹੜੇ ਲੋਕ ਈਡੀ ਚ ਕੰਮ ਕਰਦੇ ਆ ਕਹਿੰਦੇ ਕਿਸੇ ਜ਼ਮਾਨੇ ਦੇ ਵਿੱਚ ਉਹਦੇ ਨਾਲ ਵੀ ਕੰਮ ਕਰਦੇ ਰਹੇ ਆ ਆਦਾਨੀ ਨਾਲ ਵੀ ਜੀ ਸੋ ਬੰਦਾ ਇਹ ਕਰਦੇ ਆ ਹੁਣ ਕੁੱਲ ਮਿਲਾ ਕੇ ਆਪਾਂ ਇੱਕ ਗੱਲ ਬੜੀ ਉਲਝੀ ਹੋਈ ਹੈ ਇਹਨੂੰ ਸਾਫ਼ ਹੋਣ ਦੇ ਉੱਤੇ ਜੇ ਹੋਰ ਟਾਈਮ ਲੱਗਣਾ ਹੈ 26 ਤਾਰੀਖ ਨੂੰ ਜਦੋਂ ਇਹਦੀ ਸੁਣਵਾਈ ਹੋਣੀ ਉਹਦੇ ਵੀ ਪਤਾ ਲੱਗਣਾ ਪਰ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਉਹ ਇਹ ਕਿ ਜਿਹੜੇ ਹੱਥਕੰਡੇ ਅਪਣਾਏ ਜਾ ਰਹੇ ਹਨ ਆਪੋਜੀਸ਼ਨ ਨੂੰ ਖਤਮ ਕਰਨ ਵਾਸਤੇ ਆਪੋਜੀਸ਼ਨ ਨੂੰ ਫਰਸਟ੍ਰੇਟ ਕਰਨ ਵਾਸਤੇ ਆਪੋਜੀਸ਼ਨ ਨੂੰ ਕਮਜ਼ੋਰ ਕਰਨ ਵਾਸਤੇ ਇਹ ਹੱਥਕੰਡੇ ਅਜਿਹੇ ਹੈ ਜਿਹੜੇ ਰੂਲਿੰਗ ਪਾਰਟੀ ਨੂੰ ਹੀ ਪੁੱਠੇ ਪੈ ਸਕਦੇ ਆਪਾਂ ਮਿਸਾਲ ਦੇ ਸਕਦੇ ਹਾਂ ਜੀ ਕਿ ਰਾਹੁਲ ਗਾਂਧੀ ਨੂੰ ਪੱਪੂ ਸਾਫਤ ਕਰਨ ਵਾਸਤੇ ਹਜ਼ਾਰਾਂ ਕਰੋੜ ਰੁਪਏ ਲਾਇਆ ਜੀ ਲੇਕਿਨ ਉਹੀ ਰਾਹੁਲ ਗਾਂਧੀ ਜਦੋਂ ਲੋਕਾਂ 'ਚ ਨਿਕਲਿਆ ਤੇ ਲੋਕਾਂ ਦੇ ਵਿੱਚੋਂ ਜਿਹੜੀ ਉਹਨੂੰ ਇਹੋ ਜਿਹੀ ਪ੍ਰਵਾਨਗੀ ਮਿਲ ਗਈ ਪੱਪੂ ਵਾਲਾ ਟੈਗ ਲੈ ਕੇ ਤੁਹਾਨੂੰ ਇੱਕ ਸੰਜੀਦਾ ਤੇ ਗੰਭੀਰ ਲੀਡਰ ਵਜੋਂ ਜਾਣੇ ਜਾਣ ਲੱਗ ਪਏ ਬਿਲਕੁਲ ਔਰ ਡੇ ਬਾਈ ਡੇ ਜਿਹੜਾ ਉਹਨਾਂ ਦਾ ਇੰਡੀਆ ਗੱਠ ਜੁੜ ਹੈ ਉਹ ਟਕੜਾ ਹੋ ਰਿਹਾ ਹੈ ਜੀ ਕੱਲ ਰਾਹੁਲ ਗਾਂਧੀ ਉੱਥੇ ਗਿਆ ਤੁਹਾਡਾ తెలంగాణਾ ਚ తెలంగాణਾ ਦੇ ਵਿੱਚ ਇੰਨੀਆਂ ਪੀੜਾਂ ਇਕੱਠੀਆਂ ਹੋਈਆਂ ਜੀ ਕਿ ਦੇਖਣ ਨੂੰ ਐ ਲੱਗਦੀ ਸੁਨਾਮੀ ਆ ਰਹੀ ਹੈ ਉਹਨੇ ਰਾਹੁਲ ਨੇ ਕਿਹਾ ਵੀ ਹੈ ਜੀ ਕਿ ਲਹਿਰ ਨਹੀਂ ਤਾਂ ਸੁਨਾਮੀ ਆ ਗਈ ਜੀ ਜੀ ਕਿ ਤੇ ਕੱਲੀ తెలంగాణਾ ਹੀ ਲੱਗਦੀ ਸੀ ਕਿ తెలంగాణਾ ਦੇ ਵਿੱਚ ਕਾਂਗਰਸ ਪਾਰਟੀ ਪਿਛੜੂਗੀ ਉਤਤ ਵੀ ਯਾਰਾ ਸਨੈਲਿਟੀ ਆ ਦੀ ਸਰਕਾਰ ਬਣਾ ਲੈਣਗੇ ਲੇਕਿਨ ਗੱਲ ਉਤਤ ਵੀ ਨਹੀਂ ਬਣ ਰਹੀ। ਗੁਲਮ ਲਾ ਕੇ ਜੀ ਦੋ ਆਪਾਂ ਦੇਖੀਏ ਜੇ ਤੁਸੀ ਕਿਸੇ ਬੰਦੇ ਨੂੰ ਤੰਗ ਕਰੋਗੇ ਐਕਸ਼ਨ ਦਾ ਫਿਰ ਰੀਐਕਸ਼ਨ ਤਾਂ ਦਲਬੀਰ ਜੀ ਹੁੰਦਾ ਹੀ ਹੁੰਦਾ ਹੈ। ਬਿਲਕੁਲ ਜੀ ਢਿੱਲੋਂ ਸਾਹਿਬ ਅੱਜ ਦੀਆਂ ਚਰਚਿਤ ਖਬਰਾਂ ਲਈ ਤੁਹਾਡੀ ਟਿਕਟ ਆਪਣੇ ਲਈ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ। ਇਹ ਸਨ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ ਤੇ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਵੈਨਿਊ ਯਾਨੀ ਕਿ ਦਲਬੀਰ ਸਿੰਘ ਬਰਾੜ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਜੁੜੇ ਰਹੋ ਰੇਡੀਓ ਪ